ਮੇਰੇ ਬੇਬੇ ਦਾ ਆਇਆ ਸੀ ਫੋਨ, ਕਹਿੰਦੀ ਤੁਸੀਂ ਅੱਡ ਹੋਣ ਤਾਂ ਲੱਗੇ ਹੋ ਪੁੱਤ, ਕਿਸੇ ਸਿਆਣੇ ਬੰਦੇ ਨੂੰ ਵਿੱਚ ਬਿਠਾ ਲਿਓ, ਕਹਿੰਦੀ ਮਾੜੀ ਮੋਟੀ ਚੀਜ਼ ਦਾ ਫਰਕ ਸਰ ਕਰਾਈ ਜਾਂਦਾ ਫਿਰ। ਉਹ ਤਾਂ ਠੀਕ ਹੈ ਯਾਰ, ਹੁਣ ਸਿਆਣੇ ਬੰਦੇ ਨੂੰ ਪਿੰਡ 'ਚੋਂ ਥੋੜ੍ਹੀ ਬਿਠਾਵਾਂਗੇ ਕਿਸੇ ਨੂੰ ਯਾਰ, ਜਲੂਸ ਕਢਾਉਣਾ ਆਪਦਾ ਬਿਠਾ ਕੇ। ਐਂ ਨਹੀਂ ਲੋਟ ਯਾਰ, ਮੈਂ ਨਹੀਂ ਬਿਠਾਉਂਦਾ ਹੈਗਾ ਕਿਸੇ ਨੂੰ ਪਿੰਡ 'ਚੋਂ, ਭੇਤ ਦੇਣਾ ਕਬੀਲਦਾਰੀ ਦਾ ਆਪਦੀ ਦਾ ਕਿਸੇ ਨੂੰ ਸੱਦ ਕੇ। ਤਰਕ ਤਰਕ ਨਾਲੇ ਕਾਹਦਾ ਰਹੇ ਨੇ, 9 ਕਿੱਲੇ ਜ਼ਮੀਨ ਦੇ ਨੇ ਆਪਣੇ ਕੋਲ, 3 ਭਾਈਆਂ ਨੂੰ 3-3 ਆਉਂਦੇ ਨੇ, ਬੂਟਾ ਤਾਂ ਹੁਣ ਕੈਨੇਡਾ ਹੀ ਹੈਗਾ, ਉਹਦੇ 3 ਕਿੱਲੇ ਤਾਂ ਆਪਾਂ ਵੰਡ ਹੀ ਨਹੀਂ ਸਕਦੇ, ਸਾਨੂੰ 2 ਭਾਈਆਂ ਨੂੰ, ਮੈਨੂੰ ਤੇ ਵਿੰਦਰ ਨੂੰ 3-3 ਆ ਜਾਣਗੇ, ਸਿੱਧਾ ਹੀ ਹਿਸਾਬ ਹੈ ਇਹਦਾ। ਜ਼ਮੀਨ ਦਾ ਚੱਲ ਨਹੀਂ ਰੌਲਾ ਪੈਣਾ, ਘਰ ਦਾ ਪਊ। ਘਰ ਦਾ ਕਾਹਦਾ ਪਊ, ਮੈਂ ਕਰੇ ਉਹ ਘਰ ਇਹ ਕਹਿੰਦੇ ਅਸੀਂ ਲੈਂਦੇ ਨਹੀਂ ਹੈਗੇ, ਇਹ ਥੋੜ੍ਹਾ ਜਿਹਾ ਘਰ ਖੁੱਲ੍ਹਾ ਹੈ, ਚਲੋ ਕੋਠੀ ਟਾਈਪ 'ਤੇ ਪਿਆ ਹੋਇਆ, ਛੋਟਾ ਥੋੜ੍ਹਾ ਜਿਹਾ ਪਿਆ ਹੋਇਆ ਤਾਂ ਨਵੀਂ ਹੈ ਉਹ, ਘਰ ਤਾਂ ਉਹ ਵੀ ਨਹੀਂ ਮਾੜਾ, ਤਾਂ ਹੀ ਤਾਂ ਕਹਿੰਦੇ ਆ। ਚੱਲ ਕੋਈ ਨਾ ਫਿਰ ਦੇਖ ਲਾਂਗੇ, ਮਾਮੀ ਨੂੰ ਸੱਦ ਲਾਂਗੇ, ਮਾਮੀ ਨੂੰ ਬਿਠਾ ਲਾਂਗੇ ਵਿੱਚ। ਮੈਂ ਤਾਂ ਇਹ ਕਹਿੰਦੇ ਮਾਮੀ ਨੂੰ ਕਾਹਨੂੰ ਸੱਦਣਾ, ਮਾਮੀ ਇਹਨਾਂ ਦੀ ਮੇਰ ਪੱਖੀ ਦੀ ਵੱਧ ਕਰਦੀ ਹੈ, ਤੁਸੀਂ ਭਾਈ ਭਾਈ ਬਹਿ ਕੇ ਨਹੀਂ ਮੇੜ ਦਿਓ, ਕਿਆ ਤੁਸੀਂ ਨਾ ਬੁਲਾਇਓ ਕਿਸੇ ਨੂੰ ਹੋਰ? ਮਾਮੀ ਨੂੰ ਤਾਂ ਸੱਦਣਾ ਪਊ ਯਾਰ, ਜੇ ਆਪਾਂ ਨਹੀਂ ਸੱਦਾਂਗੇ ਇਹ ਸੱਦ ਲੈਣਗੇ। ਉਹ ਵੀ ਗੱਲ ਥੋੜ੍ਹੀ ਸਹੀ ਹੈ, ਹਾਂ ਮਾਮੀ ਨੂੰ ਤਾਂ ਇਹ ਸੱਦਣਗੇ, ਮਾਮੀ ਨੂੰ ਤਾਂ ਸੱਦਣਾ ਪਊਗਾ, ਬਿਠਾਉਣਾ ਪਊ ਮਾਮੀ ਨੂੰ ਤਾਂ ਵਿੱਚ। ਚੱਲ ਫਿਰ ਬੁਲਾ ਲਿਓ। ਉਹ ਤਾਂ ਹੋ ਜੂ ਯਾਰ, ਮੈਨੂੰ ਤਾਂ ਐਂ ਹੈਗਾ, ਮੈਂ ਜੇ ਦੇਖ ਲੈ ਇਕੱਠੇ ਤੀ, ਮੈਂ ਵਧੀਆ ਰੌਣਕਾਂ ਲੱਗਦੀਆਂ ਤੀਗੀਆਂ। ਤੁਹਾਡਾ ਬੁੜੀਆਂ ਦਾ ਪਤਾ ਨਹੀਂ ਕੀ ਹਿਸਾਬ ਕਿਤਾਬ ਤੀ ਯਾਰ, ਕਿਉਂ ਨਹੀਂ ਬਣੀ ਤੁਹਾਡੀ? ਓਕੇ ਬਣਾ ਕੇ ਹੀ ਰੱਖੀ, ਮੈਂ ਤਾਂ ਬਣਾ ਕੇ ਰੱਖਣ ਦੀ ਬਥੇਰੀ ਕੋਸ਼ਿਸ਼ ਕਰੀ ਤੀ, ਇਹ ਤਾਂ ਅੱਡਾ ਲਾਉਣ ਲੱਗੀ, ਮਿੰਟ ਲਾਉਂਦੀ ਹੈਗੀ, ਅੱਕ ਕੀ ਮੈਂ ਅੱਡ ਹੋਣ ਦਾ ਕਦਮ ਚੱਕਿਆ, ਉਈ ਤਾਂ ਨਹੀਂ ਮੈਂ ਚੱਕ ਦਿੱਤੀ, ਕਿੰਨੇ ਸਾਲ ਹੋਏ ਗਏ ਪਹਿਲਾਂ। ਉਹ ਤਾਂ ਠੀਕ ਹੈ ਯਾਰ, ਮੈਂ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਤੀ ਵੀ ਐਂ ਅੱਡ ਹੋਵਾਂਗੇ ਇੱਕ ਦਿਨ। ਮੈਂ ਕਿਹੜਾ ਸੋਚਿਆ ਤੀ, ਨਾ ਹੀ ਕੋਈ ਮੇਰੇ ਘਰਦਿਆਂ ਨੇ ਸਿਖਾ ਕੇ ਭੇਜਿਆ ਮੈਨੂੰ ਵੀ ਸਹੁਰੇ ਘਰ ਜਾ ਕੇ ਕੋਈ ਭਾਈਆਂ 'ਚ ਪਟਕ ਪਾ ਦੀ। ਇਹ ਤਾਂ ਠੀਕ ਹੈ ਯਾਰ, ਪੰਮੀ ਦੀ ਪਤਾ ਨਹੀਂ ਕੀ ਦੁਸ਼ਮਣੀ ਹੈ ਤੇਰੇ ਨਾਲ, ਮੈਂ ਤਾਂ ਐਂ ਕਹਿੰਦਾ ਕਿੰਨਾ ਸਮਝਾਇਆ ਲੈ ਉਹਨੂੰ। ਫੇਰ ਕੋਈ ਸਮਝਾਏ ਦਾ ਫਰਕ ਪਿਆ ਤੇ ਅਸਰ ਪਿਆ ਕੋਈ? ਪੂਰਾ ਹੀ ਅਸਰ ਨਹੀਂ ਪਿਆ, ਅਸਰ ਕਿਹੜਾ ਪੈਣਾ ਸੀਗਾ। ਫਿਰ ਇੱਕ ਜਣਾ ਚੁੱਪ ਹੋ ਕੇ ਕੀ ਕਰੂਗਾ ਇੱਥੇ, ਅਗਲੀ ਤਾਂ ਬਹਾਨੇ ਪਾਲਦੀ ਹੈ ਵੀ ਮੈਂ ਛੇਤੀ ਅੱਡ ਹੋ ਜਾ, ਫਿਰ ਰੋਜ਼ ਦੇ ਕਲੇਸ਼ ਨੂੰ ਤਾਂ ਅੱਡ ਹੋਣਾ ਚੰਗਾ। ਹਾਂ ਇਹ ਤਾਂ ਠੀਕ ਹੈ ਤੇਰੀ ਗੱਲ, ਇੱਦਾਂ ਤਾਂ ਅੱਧੀ ਰੋਟੀ ਖਾਧੀ ਚੰਗੀ ਕਲੇਸ਼ ਨੂੰ ਤਾਂ। ਹੋਰ ਕੀ ਕਰੀਏ ਫਿਰ, ਬੂਟੇ ਦਾ ਵੀ ਆਇਆ ਸੀ ਫੋਨ ਕੱਲ੍ਹ ਸੱਚ ਕੈਨੇਡਾ ਤੋਂ, ਹਾਂ ਉਹ ਵੀ ਵਿਚਾਰਾ ਮਨ ਜਿਹਾ ਭਰਦਾ ਸੀਗਾ, ਕਹਿੰਦਾ ਵਧੀਆ ਰੌਣਕਾਂ ਹੁੰਦੀਆਂ ਸੀਗੀਆਂ ਇਕੱਠੇ ਸੀ, ਕਹਿੰਦਾ ਮੇਰਾ ਮਨ ਖਰਾਬ ਹੋ ਰਿਹਾ, ਕਹਿੰਦਾ ਤੁਸੀਂ ਜਿਹੜਾ ਅੱਡ ਹੋਈ ਜਾਂਦੇ ਹੋ। ਹੋਰ ਫਿਰ ਉਹਨੂੰ ਤਾਂ ਹੁਣ ਮਨ ਖਰਾਬ ਕਰਨਾ ਹੀ ਹੈ ਵਿਚਾਰੇ ਨੇ, ਹੁਣ ਜਿਹੜਾ ਦੂਜਾ ਬੰਦਾ ਕਹਿੰਦਾ ਮੈਂ ਅੱਡ ਹੋਣੀ ਹੋਣਾ, ਫਿਰ ਆਪਾਂ ਕੀ ਕਰ ਸਕਦੇ ਹਾਂ, ਮਜਬੂਰੀ ਹੈ ਆਪਣੀ, ਹੋਣੀ ਪਊਗਾ ਅੱਡ ਹੋਣਾ ਆਪਾਂ ਨੂੰ। ਹੋਰ ਉਹ ਖੁਸ਼ੀ ਖੁਸ਼ੀ ਭੇਜਿਆ ਤੀ ਵਿਚਾਰਾ ਕੈਨੇਡਾ, ਖੁਸ਼ੀ ਵੀ ਹੈਗੀ ਤੀ, ਐਂ ਵੀ ਹੈਗਾ ਤੀ ਯਾਰ ਆਪਦਾ ਭਾਈ ਜਾਂਦਾ ਕੈਨੇਡਾ ਵੀ, ਹੋਰ ਦੁੱਖ ਵੀ ਹੈਗਾ ਤੀਗਾ ਵੀ ਰੌਣਕ ਘੱਟ ਜੂਗੀ ਘਰੇ, ਹੁਣ ਰੌਣਕ ਜੰਮੀ ਘੱਟ ਜੂ, ਉਹਨੂੰ ਤਾਂ ਐਂ ਵੀ ਉਵੇਂ ਰੌਣਕ ਰਹੀ ਆਪਣੇ ਜਿਵੇਂ ਪਹਿਲਾਂ ਤੀ। ਹੋਰ ਹੈਗਾ ਹੀ ਹੈ, 4 ਦਿਨ ਆਉਂਦਾ ਅਗਲਾ ਜਦੋਂ ਰੌਣਕ ਹੀ ਭਾਲਦਾ। ਹੋਰ ਹੁਣ ਉਹਨੂੰ ਕੀ ਪਤਾ ਵੀ 100 ਫਰਕ ਪੈ ਰਹੇ ਨੇ ਘਰੇ। ਚੱਲ ਦੇਖਦੇ ਹਾਂ ਕੀ ਬਣਦਾ ਫਿਰ, ਹੋਰ ਕੀ ਹੈ। ਮੇਰੀ ਗੱਲ ਸੁਣੋ, ਆਪਾਂ ਮਾਮੀ ਨੂੰ ਸੱਦਣਾ ਹੀ ਸੱਦਣਾ, ਪਤਾ ਕੀ ਹੈ ਮਾਮੀ ਫਿਰ ਵੀ ਆਪਣੀ ਮੇਰ ਕਰਾਊਗੀ। ਉਹ ਮੈਂ ਕੋਈ ਨਾ ਤੂੰ ਬੇਫਿਕਰ ਹੋ ਜਾ, ਸੱਦਾਂਗੇ ਆਪਾਂ ਜ਼ਰੂਰ ਸੱਦਾਂਗੇ, ਨਾ ਕਿਉਂ। ਇੱਕ ਮੈਂ ਕਹਿੰਦੀ ਸੀ ਆਪਾਂ ਨਾ ਇੱਥੇ ਨਹੀਂ ਰਹਿਣਾ, ਆਪਾਂ ਉਹ ਘਰ ਲਵਾਂਗੇ, ਉਹਦੇ ਮੂਹਰੇ ਸ਼ਾਮ ਲਾਟ ਪਈ ਹੈ ਵਾਧੂ ਵਰਤਣ ਨੂੰ। ਜੇ ਇਹਨਾਂ ਨੇ ਕਹਿਤਾ ਵੀ ਅਸੀਂ ਉਹ ਵਾਲਾ ਘਰ ਲੈਣਾ, ਅਸੀਂ ਨਹੀਂ ਉਰੇ ਰਹਿਣਾ, ਫੇਰ ਲੈ ਤੁਸੀਂ ਮਾਮੀ ਨੂੰ ਪਹਿਲੇ ਹੀ ਕਹਿ ਦਿਓ, ਪਹਿਲੇ ਹੀ ਸਿਖਾ ਦਿਓ ਉਹਨੂੰ ਵੀ ਅਸੀਂ ਤਾਂ ਉਹ ਰੱਖਾਂਗੇ। ਉਹ ਘਰ ਤਾਂ ਦੋਨੇ ਇੱਕੋ ਜਿਹੇ ਨੇ, ਇਹ ਵੀ ਨਵਾਂ ਹੀ ਹੈ, ਉਹ ਵੀ ਆਪਾਂ ਨਵਾਂ ਹੀ ਪਾਇਆ ਸੀ ਜਦੋਂ ਉਹਨਾਂ ਤੋਂ ਲੈਤਾ ਗਰਮੇਲਕਿਆਂ ਤੋਂ, ਬਸ ਆਹ ਸੁੱਖ ਆ ਉੱਥੇ ਮਾੜਾ ਜਿਹਾ ਵੀ ਮੂਹਰੇ ਸ਼ਾਮ ਲਾਟ ਦਾ ਥਾਂ ਵੱਧ ਹੈਗਾ। ਤਾਂ ਹੀ ਤਾਂ ਮੈਂ ਕਹਿੰਦੀ ਹਾਂ ਜੇ ਸ਼ਾਮ ਲਾਟ ਦਾ ਸੁੱਖ ਹੈ, ਗੋਹੇ ਪਾਥੀ ਦਾ ਸੌਖਾ ਹੋ ਜਾਂਦਾ। ਕੋਈ ਗੱਲ ਨਹੀਂ, ਤਾਂ ਹੀ ਮੈਂ ਕਹਿੰਦੀ ਹਾਂ ਵੀ ਮਾਮੀ ਨੂੰ ਕਹਿ ਦਿਓ। ਮੈਂ ਤਾਂ ਕਹਿਣਾ ਯਾਰ ਤੂੰ ਹੀ ਕਹਿ ਦੀ, ਮੈਨੂੰ ਤਾਂ ਕਹਿਣਾ ਔਖਾ ਹੈ। ਤੁਸੀਂ ਫਿਕਰ ਨਾ ਕਰੋ, ਮੈਂ ਬੈਠੀ ਹਾਂ, ਮਾਮੀ ਨੂੰ ਤਾਂ ਮੈਂ ਆਪੇ ਸਿਖਾ ਦੂੰ, ਮੇਰੇ 'ਤੇ ਛੱਡ ਦਿਓ। ਹੋਰ ਕੀ ਹੈ, ਮਾਮੀ ਨੂੰ ਤਾਂ ਸੂਟਾਂ ਦਾ ਲਾਲਚ ਹੁੰਦਾ, ਸੂਟ ਮੈਂ ਆਪੇ ਲਿਆ ਦੂੰ ਵਧੀਆ। ਓਏ ਉਹ ਤਾਂ ਤੇਰੀ ਗੱਲ ਠੀਕ ਹੈ, ਜੇ ਹੁਣ ਜੱਸੇ ਨੇ ਕਹਿਤਾ
ਵੀ ਭਾਈ ਮੈਂ ਤਾਂ ਪਿੰਡ 'ਚ ਬਿਠਾਊਂਗਾ ਦੋ ਚਾਰ ਬੰਦੇ, ਫਿਰ ਤਾਂ ਔਖਾ ਹੀ ਹੋਜੂ। ਉਹ ਜਿਹੜੇ ਹੁਣ ਪਿੰਡ ਦੇ ਬੰਦੇ ਹੋਣਗੇ ਉਹਨਾਂ ਨੇ ਤਾਂ ਸਾਂਝੀ ਗੱਲ ਕਰਨੀ ਹੋਈ ਹੈ। ਨਾ ਨਾ, ਆਪਾਂ ਪਿੰਡ ਦੇ ਬੰਦੇ ਨਹੀਂ ਬੁਲਾਉਂਦੇ, ਆਪਾਂ ਕਹਾਂਗੇ ਭਾਈ ਘਰ ਦੀ ਗੱਲ ਹੈ, ਘਰ ਦੇ ਨਵੇੜਾਂਗੇ ਆਪੇ। ਦੇਖ ਲਾ ਜੇ ਨਾ ਮੰਨੇ ਫਿਰ। ਮੰਨੇ ਕਿ ਮੈਨੂੰ ਆਪ ਹੀ ਮੰਨਣਗੇ ਲੈ। ਊਂ ਤਾਂ ਐਂ ਹੈ ਸ਼ਾਇਦ ਨਾ ਹੀ ਬਿਠਾਵੇ ਪਿੰਡ ਦੇ ਬੰਦੇ ਨੂੰ ਵਿੱਚ ਇਹ, ਕਿਉਂ ਇਹੋ ਜਿਹੀ ਗੱਲ ਤਾਂ ਇਹ ਪਹਿਲਾਂ ਹੀ ਸੋਚ ਲੈਂਦਾ ਵੀ ਬੇਇੱਜ਼ਤੀ ਵਾਲਾ ਕੰਮ ਹੈਗਾ। ਅੱਡੋ ਕੇ ਵੀ ਖੁਸ਼ ਨਹੀਂ ਇਹ, ਅੱਡੋ ਹੋਣ ਦੀ ਬੇਇੱਜ਼ਤੀ ਜੀ ਮੰਨਦਾ ਇਹ ਤਾਂ। ਉਸ ਮਰਜ਼ੀ ਮੰਨੀ ਜਾਵੇ, ਆਪਾਂ ਤਾਂ ਅੱਡ ਹੋਣੀ ਹੋਣਾ, ਆਪਾਂ ਨਹੀਂ ਹਟਣਾ। ਚੱਲ ਕੋਈ ਗੱਲ ਨਹੀਂ, ਉਹ ਤਾਂ ਮੈਂ ਕਦੋਂ ਕਹਿਣਾ ਵੀ ਹੱਟ ਤੂੰ, ਮੈਂ ਦੇਖਦਾ ਖੇਤ ਜਾਊਂਗਾ, ਉਹ ਦੇਖਦਾ ਵੀ ਇਹ ਕੋਈ ਗੱਲ ਕਰਦਾ ਕਿ ਨਹੀਂ ਕਰਦਾ। ਹਾਂ ਵੀ ਕੀ ਗੱਲ ਕਰੂ ਕੀ ਨਾ, ਮੈਂ ਦੇਖਦਾ ਖੇਤ ਜਾ। ਬਿੰਦਰਾ ਮੈਂ ਤੈਨੂੰ ਦਿਲ ਦੀ ਗੱਲ ਦੱਸਾਂ, ਮੈਨੂੰ ਤਾਂ ਬਹੁਤ ਦੁੱਖ ਹੋ ਹੀ ਜਾਂਦਾ ਯਾਰ। ਮੈਂ ਤਾਂ ਕਦੇ ਸੋਚਿਆ ਨਹੀਂ ਸੀ ਵੀ ਐਂ ਆਪਣਾ ਬਟਵਾਰਾ ਹੋਊਗਾ ਕਦੇ। ਉਹੀ ਤਾਂ ਗੱਲ ਆ ਬਾਈ, ਦੁੱਖ ਤਾਂ ਮੈਨੂੰ ਵੀ ਹੋਈ ਜਾਂਦਾ, ਹੁਣ ਕੀ ਕਰੀਏ। ਫਿਰ ਇਹਨਾਂ ਦੀ ਬਣਦੀ ਨਹੀਂ ਸੀ ਆਪ 'ਚ, ਹੈ ਮੰਮੀ ਹੋਰਾਂ ਦੀ ਕਲੇਸ਼ ਰੱਖਦੀਆਂ ਸੀਗੀਆਂ, ਕੋਈ ਹੱਲ ਤਾਂ ਫਿਰ ਆਪਾਂ ਇਹਦਾ ਕਰਨਾ ਹੀ ਸੀ ਨਾ, ਤਾਂ ਕਰਕੇ ਆਪਾਂ ਆਪਦਾ ਬਟਵਾਰਾ ਕਰ ਰਹੇ, ਹੋਰ ਕਿਉਂ ਵੱਡ ਹੋ ਰਹੇ ਆਪਾਂ। ਉਹ ਤਾਂ ਸਹੀ ਹੈ ਗੱਲ ਤੇਰੀ, ਪਰ ਦੁੱਖ ਤਾਂ ਐਂ ਹੁੰਦਾ ਹੀ ਹੈ ਨਾ। ਹਾਂ ਬਾਈ ਦੁੱਖ ਤਾਂ ਮੈਨੂੰ ਵੀ ਹੈਗਾ ਹੀ ਹੈ ਯਾਰ, ਪਰ ਹੁਣ ਕਰੀਏ ਕੀ, ਕਰ ਨਹੀਂ ਸਕਦੇ ਕੁਛ। ਹੋਰ ਬੂਟੇ ਦਾ ਵੀ ਆਇਆ ਸੀ ਮੈਨੂੰ ਫੋਨ, ਉਹ ਵੀ ਮਨ ਜਿਹਾ ਖਰਾਬ ਕਰਦਾ ਸੀ, ਕਹਿੰਦਾ ਬਾਈ ਹੋਈ ਕੀ ਜਾਂਦਾ ਇਹ ਆਪਣੇ ਘਰ 'ਚ। ਆਹੋ ਬਾਈ ਮੈਨੂੰ ਵੀ ਆਇਆ ਸੀਗਾ ਬੂਟੇ ਦਾ ਫੋਨ, ਤਾਂ ਕਹਿੰਦਾ ਸੀਗਾ, ਕਹਿੰਦਾ ਬਾਈ ਯਾਰ ਮੈਨੂੰ ਦੁੱਖ ਜਿਹਾ ਹੁੰਦਾ ਆਪਣੇ ਘਰ 'ਚ ਹੋਈ ਕੀ ਜਾਂਦਾ, ਕਹਿੰਦਾ ਤੁਸੀਂ ਸਮਝਾਓ ਭਾਬੀ ਹੋਰਾਂ ਨੂੰ ਵੀ ਇਹ ਨਾ ਕਰਨੀ ਹੈ ਕੰਮ। ਮੈਂ ਹਾਂ ਬਾਈ ਯਾਰ ਹੁਣ ਨਹੀਂ ਸਮਝਾਇਆ ਜਾ ਸਕਦਾ, ਮੁਸ਼ਕਲ ਆ ਹੁਣ ਤਾਂ। ਮੈਂ ਆਹੋ ਮੈਨੂੰ ਵੀ ਇਹੀ ਗੱਲ ਕਹਿੰਦੀ, ਮੈਂ ਕਿਹਾ ਕੀ ਕਰੀਏ ਭਰਾਵਾ। ਦੇਖ ਬਿੰਦਰਾ ਪੰਮੀ ਨਾ ਸਮਝੀ ਤੂੰ ਕੰਮ ਲੈ ਜਾਂਦੀ ਹੈ, ਗੁੱਸਾ ਨਾ ਕਰੀ ਮੇਰੀ ਗੱਲ ਦਾ। ਨਾ ਨਾ ਬਾਈ ਮੈਨੂੰ ਪਤਾ ਹੈ ਤੇਰੀ ਗੱਲ ਦਾ ਤਾਂ ਕਾਹਦਾ ਗੁੱਸਾ ਕਰਨਾ ਮੈਂ। ਮੈਂ ਬਹੁਤ ਮੱਥਾ ਮਾਰਿਆ ਇਹਦੇ ਨਾਲ, ਬਹੁਤ ਸਮਝਾਇਆ ਸੀ ਪਰ ਟਾਲਦੀਆਂ ਨਹੀਂ, ਕੀ ਕਰੀਏ ਹੁਣ। ਹੋਰ ਦੱਸ ਫਿਰ ਹੁਣ ਕਿਹੜਾ ਦਿਨ ਰੱਖੀਏ ਆਪਾਂ। ਦਿਨ ਦੇਖ ਲੈ ਭਰਾਵਾ ਯਾਰ, ਮੈਨੂੰ ਤਾਂ ਇੰਝ ਲੱਗੀ ਜਾਂਦਾ ਯਾਰ ਵੀ ਜੇ ਗੱਲ ਟਾਲੀ ਜਾਵੇ। ਨਾ ਬਾਈ ਹੁਣ ਨਹੀਂ ਮੈਨੂੰ ਟਾਲ ਦਿੰਦੇ ਦੀਦੀਆਂ ਇਹ। ਅੱਛਾ ਨਾ ਹੁਣ ਤਾਂ ਆਪਾਂ ਨੂੰ ਦੇਖ ਕਿੰਨੇ ਕੁ ਦਿਨ ਟਾਲਾਂਗੇ ਇਹਨਾਂ ਨੂੰ, ਦਿਨ ਤਾਂ ਕੋਈ ਰੱਖਣਾ ਹੀ ਪਊਗਾ। ਦੇਖ ਕਿਤੇ ਹੋਰ ਨਾ ਕਲੇਸ਼ ਖੜਾ ਕਰਕੇ ਬਹਿ ਇਹਨੂੰ ਕੋਈ, ਮੈਂ ਤਾਂ ਐਂ ਡਰਦਾ ਬਾਈ। ਹਾਂ ਉਹ ਤਾਂ ਗੱਲ ਤੇਰੀ ਠੀਕ ਹੈ, ਹੁਣ ਤੂੰ ਹੀ ਦੱਸ ਦੇ ਭਰਾਵਾ ਕਿਹੜਾ ਦਿਨ ਰੱਖੀਏ। ਹਾਂ ਬਾਈ ਦੱਸ ਦੂੰ ਮੈਂ ਤੈਨੂੰ ਕੋਈ ਨਾ, ਮੈਂ ਇੱਕ ਗੱਲ ਐਂ ਵੀ ਕਹਿੰਦਾ ਸੀ ਬਾਈ ਤੈਨੂੰ, ਮੈਂ ਜੇ ਆਪਾਂ ਪਿੰਡ ਵਾਲਿਆਂ ਨੂੰ ਨਾ ਸੱਦੀਏ। ਹੈਂ ਨਾ ਨਾ ਪਿੰਡ ਵਾਲਿਆਂ ਨੂੰ ਮੈਂ ਵੀ ਨਹੀਂ ਬਿਠਾ ਕੇ ਰਾਜੀ ਬਾਈ, ਕਿਉਂ ਕਿਸੇ ਨੂੰ ਭੇਜ ਦੇਣਾ ਆਪਦੀ ਕਬੀਲਦਾਰੀ ਦਾ ਪਰਦਾ ਦੇਣਾ ਕਿ ਨਹੀਂ, ਐਵੇਂ ਜਲੂਸ ਕਢਾਉਣਾ ਹੀ ਹੈ ਗਾਹ ਵੀਹ ਕੋਲੇ ਗੱਲ ਕਰਦਾ। ਹਾਂ ਚੱਲ ਮਾਮੀ ਨੂੰ ਸੱਦ ਲਾਂ ਇਕੱਲੀ ਨੂੰ। ਮਾਮੀ ਨੂੰ ਸੱਦ ਲਾਂਗੇ, ਫੁੱਫੜ ਦਾ ਤੈਨੂੰ ਪਤਾ ਹੀ ਆ ਉਹ ਤੜਕੀ ਡੱਕਾ ਡਕਾਇਆ ਆਊਗਾ, ਕੀ ਆਪਣਾ ਨਿਬੇੜੂਗਾ ਉਹ ਕਿਹੜਾ ਸਾਹਮਣੇ ਉਰੇ। ਹਾਂ ਚੱਲ ਮਾਮੀ ਨੂੰ ਸੱਦ ਲਾਂਗੇ, ਉਹਨੂੰ ਕਹਿ ਦਾਂਗੇ ਮਾਮੀ ਦੇਖ ਜਿਹੜਾ ਤੂੰ ਕਹੇਂਗੀ ਸਾਨੂੰ ਸਿਰ ਮੱਥੇ। ਹਾਂ ਕਰ ਲਾਂ, ਠੀਕ ਹੈ ਸਹੀ ਗੱਲ ਹੈ। ਬਿੰਦਰ ਵੀ ਆਹੀ ਗੱਲ ਕਰਦਾ ਸੀ ਖੇਤ। ਅੱਛਾ ਕਹਿੰਦਾ ਮਾਮੀ ਨੂੰ ਸੱਦ ਲਾਂਗੇ ਬਸ, ਆਪਾਂ ਹੋਰ ਕਾਹਨੂੰ ਕਿਸੇ ਨੂੰ ਸੱਦਣਾ। ਉਹ ਤਾਂ ਮੈਂ ਸਾਨੂੰ ਪਹਿਲਾਂ ਹੀ ਕਿਹਾ ਸੀ, ਫਿਰ ਮਾਮੀ ਮੇਰੇ ਪੱਖੇ ਇਹਨਾਂ ਦੀ ਕਰਦੀ ਹੈ ਨਾ, ਤਾਂ ਹੀ ਮਾਮੀ ਨੂੰ ਸੱਦਣ ਨੂੰ ਕਹਿੰਦੇ ਨੇ ਇਹ। ਮੈਂ ਤਾਂ ਐਂ ਕਹਿੰਦੀ ਸੀ ਜੇ ਪਿੰਡ 'ਚ ਤੁਸੀਂ ਬੰਦੇ ਨਹੀਂ ਸੱਦਣੇ, ਚੱਲ ਦੋ ਚਾਰ ਰਿਸ਼ਤੇਦਾਰਾਂ ਨੂੰ ਸੱਦ ਲਿਓ। ਉਹ ਰਿਸ਼ਤੇਦਾਰ ਕਿਹੜੇ ਸੱਦਾਂਗੇ ਯਾਰ, ਫੁੱਫੜ ਦਾ ਤੈਨੂੰ ਪਤਾ ਹੈ, ਅਕਲੀ ਵਾਲੇ ਫੁੱਫੜ ਦਾ ਤੈਨੂੰ ਪਤਾ ਨਹੀਂ? ਉਹ ਤਾਂ ਪਤਾ ਮੈਨੂੰ, ਦਿਨੇ ਡੱਕਿਆ ਰਹਿੰਦਾ ਇੱਥੇ, ਉਹਨੂੰ ਸਾਹਮਣੇ ਕੱਢੋ ਅੱਡ ਹੋਵਾਂਗੇ। ਉਹ ਤਾਂ ਪਤਾ ਮੈਨੂੰ, ਹੂੰ ਉਹ ਨਹੀਂ ਸਾਹਮਣਾ ਹੈਗਾ ਕਿਸੇ ਤੋਂ। ਚਾਚੇ ਹਰਨੇ ਇੱਕ ਨੂੰ ਸੱਦ ਲਾਂਗੇ। ਉਹੀ ਤਾਂ ਫਿਰ ਪਿੰਡ ਵਾਲੇ ਬੰਦੇ ਦੀ ਤਾਂ ਗੱਲ ਆ ਗਈ, ਸੱਦਣੇ ਨਹੀਂ ਪਿੰਡ 'ਚੋਂ ਬੰਦੇ। ਦੇ ਉਹ ਕਿਹੜਾ ਪਿੰਡ 'ਚ ਰਹਿੰਦਾ, ਕਿੱਦਾਂ ਦਾ ਸ਼ਹਿਰ 'ਚ ਰਹਿੰਦਾ? ਉਹ ਸ਼ਹਿਰ 'ਚ ਰਹਿੰਦਾ ਉਹ ਤਾਂ ਠੀਕ ਹੈ, ਬਿੰਦਰ ਨੂੰ ਪੁੱਛਣਾ ਪਊ ਫਿਰ, ਇਹ ਨਾ ਇਤਰਾਜ ਕਰੇ। ਦੇ ਬਿੰਦਰ ਦੇ ਕੋਈ ਚਾਚੇ ਨਾਲ ਦੁਸ਼ਮਣੀ ਹੈ, ਵੀ ਇਤਰਾਜ ਕਰੂਗਾ? ਸਿਆਣਾ ਬੰਦਾ ਹੈ ਉਹ, ਸਾਂਝੀ ਗੱਲ ਕਰੂਗਾ ਵਧੀਆ। ਉਹ ਤਾਂ ਖੈਰ ਸਿਆਣਾ ਹੈ, ਗੱਲ ਤਾਂ ਠੀਕ, ਉਹ ਤਾਂ ਰਿਸ਼ਤੇਦਾਰਾਂ ਵਾਂਗੂ ਹੀ ਹੈ ਆਪਣੇ। ਹੈਗਾ ਤਾਂ ਹੈਗਾ, ਫਿਰ ਵੀ ਪੁੱਛਣਾ ਤਾਂ ਪਊਗਾ, ਬੰਦਾ ਤਾਂ ਸਿਆਣਾ ਉਹ, ਸ਼ਰੀਫ ਹੈ, ਉਹ ਵੀ ਇਮਾਨਦਾਰ ਹੈ। ਹਾਂ ਸਾਂਝੀ ਗੱਲ ਕਰੂ, ਵਧੀਆ ਢੰਗ ਹੈ ਉਹਨੂੰ, ਢੰਗ ਵੀ ਹੈ, ਹਾਂ ਗੱਲਬਾਤ ਦਾ ਢੰਗ ਹੈਗਾ ਉਹਨੂੰ। ਇਹ ਤਾਂ ਗੱਲ ਸਹੀ ਹੈ ਤੇਰੀ, ਪਰ ਪੁੱਛਣਾ ਤਾਂ ਪਊਗਾ ਨਾ ਫਿਰ ਬਿੰਦਰ ਨੂੰ। ਚੱਲ ਪੁੱਛ ਲਈ, ਫਿਰ ਕੀ ਹੁੰਦਾ, ਬਿੰਦਰ ਕਿਉਂ ਨਾ ਕਰੂਗਾ? ਪੁੱਛ ਲਾਂਗੇ ਫਿਰ, ਚੱਲ ਕੋਈ ਕਰਦੇ ਹਾਂ ਫਿਰ ਕੋਈ ਸਲਾਹ ਜਿਵੇਂ ਬਣੀ। ਹੋਰ ਤੇਜੇ ਠੀਕ ਹੈ?
ਵਧੀਆ ਭਾਈ, ਮੈਂ ਤਾਂ ਐਂ ਪੁੱਛਦਾ ਸੀ ਤੁਹਾਨੂੰ, ਮੈਂ ਲੱਗੀ ਕੋਈ ਗੱਲ ਤਨ ਪੱਤਨ ਸੋਲਾ ਸਫਾਈ ਵਾਲੀ ਗੱਲ? ਨਾ ਨਾ ਬਾਈ, ਤੇ ਜੇ ਹੁਣ ਕਿੱਥੇ, ਹੁਣ ਨਹੀਂ ਸੋਲਾ ਸਫਾਈ ਹੁੰਦੀ ਇਹਨਾਂ ਦੀ, ਹੁਣ ਤਾਂ ਅੱਡ ਹੋ ਕੇ ਰਹਿਣਗੀਆਂ। ਓਹੋ ਯਾਰ, ਹੋਰ ਬਾਈ ਹੁਣ ਐਂ ਪਊਗਾ ਫਿਰ ਜਦੋਂ ਹਟਦੀਆਂ ਨੀ। ਅੱਛਾ ਬਾਈ ਯਾਰ, ਮੈਂ ਤਾਂ ਐਂ ਪੁੱਛਣ ਆਇਆ ਸੀ, ਮੈਂ ਕੀ ਅੱਡ ਹੋਣ ਵਾਲਾ ਕੰਮ ਤੁਹਾਡਾ ਕੈਂਸਲ ਹੋ ਗਿਆ ਹੋਵੇ? ਕੈਂਸਲ ਤਾਂ ਹੁਣ ਕਿੱਥੇ ਭਰਾਵਾ ਤੇਜਿਆ, ਹੁਣ ਨਹੀਂ ਕੈਂਸਲ ਹੁੰਦਾ ਦੀਂਦਾ। ਅੱਛਾ ਬਾਈ ਯਾਰ, ਬਾਈ ਮੈਨੂੰ ਤਾਂ ਆਪ ਵਾਲਾ ਦੁੱਖ ਜਿਹਾ ਲੱਗੀ ਜਾਂਦਾ, ਤੁਹਾਡੇ ਨਾਲ ਇੰਨੇ ਸਾਲ ਹੋ ਗਏ ਸੀ ਮੈਨੂੰ ਰਲੇ ਹੋਏ ਨੂੰ, ਮੇਰੇ ਤਾਂ ਜਾਣ ਨੂੰ ਜੀ ਨਹੀਂ ਕਰਦਾ ਕਿਸੇ ਹੋਰ ਦੇ। ਵਧੀਆ ਸੀ ਬਾਈ ਦੋਨੇ ਭਾਈ ਤੁਸੀਂ ਇਕੱਠੇ ਸੀਗੇ, ਵਧੀਆ ਮਨ ਜਿਹਾ ਲੱਗਿਆ ਹੋਇਆ ਸੀ ਉਰੇ, ਭਾਈਆਂ ਵਾਂਗੂ ਰਹਿੰਦੀ ਸੀ ਤੁਹਾਡੇ। ਉਹ ਹੈਗੇ ਤਾਂ ਵਧੀਆ ਸੀ ਭਰਾਵਾ, ਬਸ ਨਜ਼ਰ ਹੀ ਲੱਗ ਗਈ ਇਹ ਘਰ ਨੂੰ, ਹੋਰ ਕੀ ਕਰੀਏ ਹੁਣ। ਉਹੀ ਤਾਂ ਗੱਲ ਹੈ ਬਾਈ, ਬਾਈ ਮੇਰੇ ਕੋਲ ਵੀ ਨੰਬਰਦਾਰ ਆਏ ਸੀ, ਕਹਿੰਦੇ ਸਾਡੇ ਨਾਲ ਰਲ ਜਾ ਸੀ ਰੀ, ਪਰ ਬਾਈ ਐਂ ਹੈ ਤੁਹਾਡੇ ਨਾਲ ਇੰਨੇ ਸਾਲਾਂ ਦਾ ਮੋਹ ਪਿਆਰ ਹੈ, ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ। ਉਹ ਤਾਂ ਤੇਰੀ ਗੱਲ ਠੀਕ ਹੈ ਤੇਜੇ, ਪਰ ਹੁਣ ਲੱਗਦਾ ਕੋਈ ਰਾਹ ਵੀ ਨਹੀਂ ਹੈਗਾ, ਹੈ ਨਾ? ਨਾ ਨਾ ਤੇਜਾ, ਹੁਣ ਕੋਈ ਰਾਹ ਨਹੀਂ ਹੈਗਾ ਬਾਈ, ਤੂੰ ਰਲ ਜਾ ਉਹਨਾਂ ਨਾਲ ਨੰਬਰਦਾਰਾਂ ਨਾਲ। ਹਾਂ ਰਲ ਜਾ ਭਰਾਵਾ, ਤੈਂ ਤਾਂ ਰਲਣਾ ਹੀ ਹੈ, ਤੇਰਾ ਤਾਂ ਰਲੀ ਸਰੂ, ਰਲ ਜਾ, ਕੋਈ ਨਾ ਬੰਦੇ ਚੰਗੇ ਨੇ ਨੰਬਰਦਾਰ ਵੀ, ਉਹਨਾਂ ਨਾਲ ਰਲ ਜਾ, ਹੋਰ ਕੀ ਹੈ ਫਿਰ। ਹੁਣ ਸਾਡੇ ਕੋਲ ਤਾਂ ਤਿੰਨ ਤਿੰਨ ਕਿੱਲੇ ਹੋ ਜਾਣਗੇ, ਤਿੰਨ 'ਤੇ ਅਸੀਂ ਕੀ ਬੰਦਾ ਰੱਖ ਲਾਂਗੇ? ਹਾਂ ਇਹ ਤਾਂ ਹੈ ਬਾਈ, ਤੂੰ ਆਪ ਹੀ ਸਿਆਣਾ, ਕੀ ਬੰਦਾ ਰੱਖ ਲਾਂਗੇ, ਇਕੱਠੇ ਤੀਗੇ 6 ਕਿੱਲੇ ਚੱਲ ਰੱਖੀ ਬੈਠੇ ਤੀ ਭਾਈ, ਸੌਖਾ ਤੀ, ਤੇਰਾ ਟਾਈਮ ਪਾਸ ਹੋਈ ਜਾਂਦਾ ਤੀ, ਨਾਲੇ ਸਾਡਾ ਹੋਈ ਜਾਂਦਾ ਤੀ, ਬਾਹਲਾ ਵਧੀਆ ਹੁੰਦਾ ਸੀ ਬਾਈ, ਹੱਸਦੇ ਖੇਡਦੇ ਰਹਿੰਦੇ ਸਾਰੇ। ਤਿੰਨ ਤਿੰਨ ਕਿੱਲਿਆਂ 'ਤੇ ਤਾਂ ਫਿਰ ਬੰਦਾ ਵੀ ਨਹੀਂ ਰੱਖਿਆ ਜਾਂਦਾ। ਹਾਂ ਇਹ ਤਾਂ ਹੈ ਬਾਈ, ਚੱਲ ਠੀਕ ਹੈ ਬਾਈ, ਫਿਰ ਮੈਂ ਨੰਬਰਦਾਰਾਂ ਨੂੰ ਪੁੱਛਦਾ, ਮੇਰੇ ਕਿ ਨਹੀਂ ਤੁਹਾਡਾ 6000 ਰੁਪਇਆ ਵੱਧ ਹੈ ਬਾਈ, ਉਹ ਮੈਂ ਨੰਬਰਦਾਰਾਂ ਤੋਂ ਫੜ ਕੇ ਦੇ ਦੂੰ ਤੁਹਾਨੂੰ, ਹੈ? ਕੋਈ ਨਾ ਕੋਈ ਨਾ ਤੇਜੇ, ਕੋਈ ਨਾ ਦੇ ਜੀ, ਕੋਈ ਨਾ। ਹਾਂ ਉਹ ਵੀ ਸਾਨੂੰ ਹੁਣ 3000 ਆਊਗਾ, 3000 ਤੂੰ ਇਹਨੂੰ ਦੇ ਜੀ, 3000 ਮੈਨੂੰ ਦੇ ਜੀ। ਹਾਂ ਹਾਂ ਕਰ ਲੂੰ ਬਾਈ, ਚਲ ਫੜਾ, ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ, ਜਦੋਂ ਮਰਜ਼ੀ ਫੜਾ ਜੀ। ਚੰਗਾ ਬਾਈ, ਕੰਮ ਧੰਦਾ ਹੋਏ ਦੱਸ ਦਿਆ ਕਰੋ, ਕੋਈ ਗੱਲ ਨਹੀਂ ਇਹ ਜੀ। ਨਾ ਨਾ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਤੇ ਜੈ ਵੀ ਵਿਚਾਰਾ ਦੁਖੀ ਹੋਇਆ ਫਿਰ, ਦੇਵਿੰਦਰਾ ਦੇਖ ਲੈ, ਸਹੀ ਗੱਲ ਹੈ, ਬਹੁਤ ਦੁੱਖ ਲੱਗਿਆ ਇਹਨੂੰ। ਬਾਕੀ ਲੱਗਣੇ ਤੀ ਬਾਈ, 7-8 ਸਾਲ ਹੋ ਗਏ ਇਹਨੂੰ ਆਪਣੇ ਰਲੇ ਨੂੰ, ਵਧੀਆ ਵਿਚਾਰਾ ਰਹਿੰਦਾ ਤੀ, ਭਾਈਆਂ ਵਾਂਗੂ ਰੱਖ ਦਿੱਤੀ ਗਏ ਇਹਨੂੰ, ਦੁੱਖ ਤਾਂ ਆਉਂਦਾ ਹੀ ਹੈ ਬੰਦੇ ਨੂੰ, ਸੀਰੀ ਪਾਲੀ ਨੂੰ ਵੀ ਦੁੱਖ ਆਉਂਦਾ ਬਾਈ, ਅੱਡ ਹੋਇਆ ਦਾ ਆਉਂਦਾ ਬਾਈ, ਸਾਲ ਬਹੁਤ ਹੋ ਗਏ ਸੀ ਇਹਨੂੰ, ਕਦੇ ਨਹੀਂ ਚਾਹੁੰਦਾ ਸੀਰੀ ਪਾਲੀ ਤਾਂ ਵੀ ਅੱਡ ਹੋਵੇ ਮੇਰਾ ਮਾਲਕ। ਹਾਂ ਇਹ ਤਾਂ ਗੱਲ ਠੀਕ ਹੈ ਤੇਰੀ, ਪਰ ਐਂ ਬਾਈ ਜਿਹੜਾ ਕੰਮ ਹੋਣਾ ਉਹ ਤਾਂ ਹੋਣਾ ਹੀ ਆ ਨਾ। ਸਚਵਿੰਦਰ ਮੈਂ ਤਾਂ ਤੈਨੂੰ ਐਂ ਕਹਿਣ ਤੀ, ਆਪਾਂ ਚਾਚੇ ਹਰਨੇਕ ਨੂੰ ਨਾ ਬਿਠਾ ਲਈਏ ਵਿੱਚ, ਜਿੱਦਾਂ ਆਪਾਂ ਕਰਿਆ ਕੋਈ ਅੱਡ ਵਿੱਢ ਦਾ। ਮੈਂ ਤਾਂ ਕਹਿਣਾ ਰਹਿਣ ਦੇ ਯਾਰ, ਉਹੀ ਪਿੰਡ ਵਾਲੀ ਗੱਲ ਕਰਤੀ ਨਾ, ਉਹ ਵੀ ਪਿੰਡ ਦਾ ਹੀ ਹੈ ਫਿਰ। ਉਹ ਪਿੰਡ ਦਾ ਨਹੀਂ, ਉਹ ਤਾਂ ਹੁਣ ਸ਼ਹਿਰ ਰਹਿੰਦਾ, 3 ਸਾਲ ਹੋ ਗਏ ਇਹਨੂੰ ਤਾਂ। ਉਹ ਫਿਰ 3 ਸਾਲ ਹੀ ਹੋਏ ਨੇ, ਹੈਗਾ ਤਾਂ ਪਿੰਡ ਦਾ ਹੀ ਹੈ, ਬਾਕੀ ਆਪਣਾ ਕਿਹੜਾ ਸਗਾ ਚਾਚਾ, ਉਹ ਸਰੀਕੇ 'ਚੋਂ ਚਾਚਾ ਉਹ। ਨਹੀਂ ਉਹ ਤਾਂ ਠੀਕ ਹੈ, ਮੈਂ ਕਿਹਾ ਵੀ ਬੰਦਾ ਸਿਆਣਾ ਉਹ, ਸਮਝਦਾਰ ਹੈ। ਬੰਦਾ ਤਾਂ ਸਿਆਣਾ ਹੈ, ਫਿਰ ਹੁਣ ਜਦੋਂ ਆਪਣੀ ਮਾਮੀ ਹੈਗੀ ਹੈ, ਇਹ ਵੀ ਸਿਆਣੀ ਬਿਆਣੀ ਹੈ, ਸਹੀ ਫੈਸਲਾ ਕਰੂਗੀ। ਹਾਂ ਫੈਸਲਾ ਤਾਂ ਫਿਰ ਕਰੂਗੀ, ਉਹ ਐਂ ਤੀ ਉਹ ਬੰਦਾ ਸਮਝਦਾਰ 'ਚ ਫਿਰ ਇਹਨਾਂ ਕੰਮਾਂ 'ਚ ਆਇਆ ਹੋਇਆ ਤੀ। ਉਹ ਨਹੀਂ ਨਹੀਂ ਰਹਿਣ ਦੇ, ਮਾਮੀ ਹੈਗੀ ਇਕੱਲੀ, ਇਹੀ ਠੀਕ ਹੈ, ਮਾਮੀ ਨੂੰ ਬਿਠਾ ਲਾਂਗੇ ਆਪਾਂ ਤਾਂ। ਚਲ ਉਹ ਐਵੇਂ ਕਾਹਨੂੰ ਆਪਣੇ ਘਰ ਦਾ ਭੇਜ ਦੇਣਾ ਕਿਸੇ ਨੂੰ, ਮੈਂ ਤਾਂ ਐਂ ਕਹਿੰਦਾ ਸੀ। ਚਲ ਤੇਰੀ ਮਰਜ਼ੀ ਹੈ, ਮਾਮੀ ਠੀਕ ਹੈ, ਬਸ ਆਪਣੇ ਹੈਗੀ ਆ, ਇਕੱਲੀ ਬਹੁਤ ਹੈ। ਨਾ ਨਾ ਉਹ ਕਹਿੰਦਾ ਕੀ ਕਰਾਉਣਾ ਹਰਨੇਕ ਚਾਚੇ ਤੋਂ, ਕਹਿੰਦਾ ਮਾਮੀ ਨੂੰ ਬਹੁਤ ਹੈ। ਆਪ ਤਾਂ ਮਾਮੀ ਨੂੰ ਸੱਦੀ ਜਾਂਦੇ ਨੇ, ਜਿਹੜਾ ਬੰਦਾ ਆਪਾਂ ਸੱਦਣ ਨੂੰ ਕਹਿੰਦੇ ਆ ਉਹਨੂੰ ਸੱਦਣ ਨੂੰ ਤਿਆਰ ਨਹੀਂ ਹੈਗੇ, ਇਹ ਕੋਈ ਗੱਲ ਥੋੜਾ ਹੋਈ। ਉਹ ਐਂ ਕਹਿੰਦੇ ਅੱਗੇ, ਉਹ ਤਾਂ ਪਿੰਡ ਦੇ ਮੰਗੋ ਹੀ ਆ, ਮੈਂ ਕਿਹਾ ਤੇ ਉਹਨੂੰ ਮੈਂ ਸੱਦ ਲੈਂਦੇ ਆ, ਉਹ ਤਾਂ ਮੈਂ ਹਾਂ ਮੈਂ ਬਾਹਰ ਰਹਿੰਦਾ ਸ਼ਹਿਰ। ਹਾਂ ਕਹਿੰਦਾ ਕਿ ਉਹਨੂੰ ਕਿਹੜਾ ਬੜਾ ਚਿਰ ਹੋਇਆ, 3 ਸਾਲ ਹੋਏ ਨੇ ਕਹਿੰਦਾ ਗਏ ਨੂੰ। ਲੈ 3 ਸਾਲ ਥੋੜਾ ਹੋਏ ਨੇ, 5-6 ਸਾਲ ਹੋ ਗਏ ਉਹਨੂੰ ਘੱਟੋ ਘੱਟ ਗਏ ਨੂੰ। ਕਿਹਾ ਤੀ ਮੈਂ ਤਾਂ, ਉਹ ਕਹਿੰਦਾ ਪਿੰਡ ਦੇ ਮੰਗੋ ਹੀ ਆ, ਤਾਂ ਕਹਿੰਦਾ ਕੀ ਕਰਾਉਣਾ ਤਾਂ। ਚੱਲ ਫਿਰ ਦੇਖ ਲਓ ਜਿਵੇਂ ਕਹਿੰਦਾ ਕਰ ਲਓ। ਮਾਮੀ ਠੀਕ ਹੈ ਫਿਰ, ਹੋਰ ਕੀ। ਚੱਲ ਠੀਕ ਹੈ ਫਿਰ, ਹੈਂ ਆਹੋ ਹੋਰ ਠੀਕ ਹੈ, ਚੱਲ ਮਾਮੀ ਠੀਕ ਹੈ।
ਅੱਛਾ ਹਰਨੇਕ ਚਾਚੇ ਨੂੰ ਬਿਠਾਉਣ ਨੂੰ ਫਿਰਦੇ ਸੀ। ਚੱਲ ਵਧੀਆ ਹੋਇਆ ਤੈਂ ਜਵਾਬ ਦਿੱਤਾ, ਉਹਦੇ ਮੂਹਰੇ ਤਾਂ ਮੈਂ ਵੀ ਨਹੀਂ ਸੀ ਬੋਲਣ ਜੋਗੀ। ਚਾਚੇ ਮੂਹਰੇ ਤਾਂ ਸਖਤ ਸੁਭਾਅ ਦਾ ਬੰਦਾ ਬਈ। ਹੋਰ ਮਹਾ ਸਾਂਝੀ ਜੀ ਗੱਲ ਕਰਦਾ ਹੈਗਾ, ਤਾਂ ਜਵਾਬ ਦਿੱਤਾ। ਉਹੀ ਤਾਂ ਗੱਲ ਹੈ, ਨਾਲੇ ਜਿਹੜਾ ਉਹ ਫੈਸਲਾ ਕਰਦਾ ਮੰਨਣਾ ਪੈਂਦਾ। ਹੋਰ ਕਿਵੇਂ ਬੋਲਦੇ ਉਹਦੇ ਮੂਹਰੇ, ਆਪਾਂ ਜਵਾਬ ਨਹੀਂ ਦੇ ਸਕਦੇ। ਚੱਲ ਵਧੀਆ ਕਰਿਆ, ਮਾਮੀ ਆ ਜੂਗੀ, ਮਾਮੀ ਨੇ ਤਾਂ ਆਪਣੀ ਵੀ ਕਰਾਉਣੀ ਹੈ। ਬਸ ਠੀਕ ਹੈ ਫਿਰ, ਉਹੀ ਤਾਂ ਗੱਲ ਹੈ ਨਾ, ਮੈਂ ਪਹਿਲੇ ਹੀ ਦਿੱਤਾ ਜਵਾਬ, ਮੈਂ ਰਹਿਣ ਦੇ ਬਈ, ਆਪਾਂ ਤਾਂ ਕੱਲੀ ਮਾਮੀ ਠੀਕ ਹੈ। ਚੱਲ ਵਧੀਆ ਕਰਿਆ, ਜਿਹੜਾ ਤੁਸੀਂ ਅੜੇ ਰਹੇ। ਉਹ ਕੀ ਹਾਲ ਹੈ ਦੇਜੇ? ਕੀ ਹਾਲ ਹੈ ਬਾਈ? ਠੀਕ ਹੈ ਬਾਈ। ਹੋਰ ਠੀਕ ਹੈ? ਹਾਂ ਵਧੀਆ। ਮੈਂ ਤਾਂ ਤੈਨੂੰ ਐਂ ਕਹਿਣ ਸੀਗਾ, ਉਹ ਜਿਹੜਾ ਤੈਂ ਦੇਣਾ ਮੇਰਾ 3000 ਰੁਪਇਆ, ਹਾਂ ਉਹ ਮੈਨੂੰ ਤਾਂ ਨਾ ਦੇਈ ਯਾਰ, ਉਹ ਬਿੰਦਰ ਵਾਲਾ ਜਿਹੜਾ ਉਹਦਾ ਦੇ ਦੀ ਤੈਨੂੰ। ਨਹੀਂ ਬਾਈ ਦੇ ਦੇ ਯਾਰ, ਮੈਂ ਤੇਰਾ ਨਾ ਨਾ ਕੋਈ ਲੋੜ ਨਹੀਂ ਯਾਰ, ਤੈਂ ਬਹੁਤ ਕੰਮ ਕਰਿਆ ਸਾਡੇ, ਕਿੰਨੇ ਸਾਲ ਲਾਏ ਨੇ ਤੈਂ, ਕੋਈ ਗੱਲ ਨਹੀਂ ਛੱਡ ਪਰਾਂ 3000 ਯਾਰ, ਕੋਈ ਨਾ। ਬਸ ਮੈਂ ਲੈਣਾ ਨਹੀਂ ਹੈਗਾ ਤੇਜੇ, ਮੇਰਾ ਜੀ ਨਹੀਂ ਕਰਦਾ ਪੈਸੇ ਲੈਣ ਨੂੰ। ਚੱਲ ਕੋਈ ਗੱਲ ਨਹੀਂ ਬਾਈ, ਤੇਰਾ ਬਹੁਤ ਬਹੁਤ ਧੰਨਵਾਦ, ਬਿੰਦਰ ਨੂੰ ਮਾਪੀ ਪੈਸੇ ਦੇਊਂਗਾ। ਬਸ ਉਹਨੂੰ ਦੇ ਦੀ। ਹਾਂ ਸਾਡਾ ਤਾਂ ਭਰਾਵਾ ਐਤਵਾਰ ਦਾ ਦਿਨ ਰੱਖਤਾ, ਐਤਵਾਰ ਨੂੰ ਟੁੱਟ ਜੂਗਾ ਘਰ। ਕਾਹਨੂੰ ਬਾਈ ਜੱਸਿਆ ਯਾਰ, ਅੱਖਾਂ 'ਚ ਭਰਿਆ ਆ, ਕਮਲਾ ਹੋਇਆ ਯਾਰ, ਫਿਰ ਕੀ ਹੋ ਗਿਆ ਬਾਈ? ਹੌਂਸਲਾ ਰੱਖ ਬਾਈ, ਹੁਣ ਕਰਿਆ ਕੀ ਜਾ ਸਕਦਾ, ਭਾਈ ਨਹੀਂ ਕਦੇ ਅੱਡ ਹੁੰਦੇ ਹੁੰਦੇ, ਇਹ ਤੀਵੀਆਂ ਕਰਾ ਆਉਂਦੀਆਂ ਨੇ। ਹੋਰ ਸੁਖਪਾਲ ਭਾਬੀ ਤਾਂ ਤਾਲਾ ਵੱਟਦੀ ਸੀ, ਪੰਮੀ ਨੇ ਕੰਮ ਖਰਾਬ ਕਰਿਆ ਇਹ। ਚੱਲ ਕੋਈ ਨਾ, ਜਿਹਨੇ ਵੀ ਕਰਿਆ ਬਾਈ। ਸਹੁੰ ਲੱਗੇ ਬਾਈ, ਤੁਹਾਡਾ ਅੱਡੋ ਅੱਡੀ ਹੋਣ ਦਾ ਨਾ ਮੈਨੂੰ ਬਾਹਲਾ ਦੁੱਖ ਹੈ, 7-8 ਸਾਲ ਵਧੀਆ ਲੰਘ ਗਈ ਤੁਹਾਡੇ ਨਾਲ ਮੇਰੇ। ਮੈਂ ਸਮਝ ਸਕਦਾ ਤੇਜੇ, ਮੇਰਾ ਤਾਂ ਹੁਣ ਤੈਨੂੰ ਪਤਾ ਹੀ ਹੈ, ਮੈਂ ਤਾਂ ਭਰਾਵਾ ਬਚਪਨ ਤੋਂ ਹੁਣ ਤੱਕ ਕਦੇ ਸੋਚਿਆ ਨਹੀਂ ਤੇ ਅੱਡੋ ਅੱਡੀ ਹੋਣ ਦਾ, ਜਦੋਂ ਹੁਣ ਹਾਲਾਤ ਹੀ ਇਹੋ ਜਿਹੇ ਬਣ ਗਏ ਤੇ। ਸਹੀ ਗੱਲ ਹੈ ਬਾਈ ਤੇਰੀ, ਬਸ ਮਜਬੂਰੀ ਹੋ ਗਈ ਤੇਰੀ, ਤਾਂ ਪਤਾ ਹੈ ਮੈਨੂੰ ਸਾਰਾ। ਬਸ ਪੁੱਛ ਨਾ ਭਰਾਵਾ। ਸਹੀ ਗੱਲ ਹੈ ਬਾਈ ਤੇਰੀ, ਮੈਂ ਤਾਂ ਤੇਰੇ ਕਰਕੇ ਇੰਨਾ ਟਾਈਮ ਲਾਤਾ ਸੀ ਬਾਈ, ਬਿੰਦਰ ਕਹੇ ਮੈਂ ਬਿੰਦਰ ਕਹੇ ਤਾਂ ਉਵੇਂ ਨਾ ਲਾਵਾਂ, ਹੈਂ ਪੀਤੀ ਖਾਧੀ 'ਚ ਮੇਰੇ ਗਲ ਪੈ ਜਾਂਦੇ ਸੀ, ਉਹ ਸਮਾਂ ਤੈਂ ਝਿੜਕਿਆ ਸੀਗਾ। ਮੈਂ ਝੜਕਣੀ ਤੀ ਫਿਰ, ਮੈਨੂੰ ਪਤਾ ਤੀ ਤੇ ਜੇ ਤੇਰੀ ਗਲਤੀ ਨਹੀਂ ਤੀ, ਜਦੋਂ ਮੈਂ ਤਾਂ ਝੜਕਣੀ ਤੀ, ਮੈਂ ਕਿਹਾ ਤੂੰ ਹੀ ਇਹਦੇ ਗਲ ਪੈ ਗਿਆ ਪੀਤੀ 'ਚ। ਤੂੰ ਤਾਂ ਬਹੁਤ ਮੋਹ ਕਰਦਾ ਸੀ ਮੇਰਾ ਬਾਈ ਯਾਰ। ਨਹੀਂ ਜੇ ਤੂੰ ਸੱਚਾ ਤੀ ਫਿਰ ਆਪਦੀ ਗੱਲ 'ਤੇ, ਫਿਰ ਤਾਂ ਮੈਂ ਕਹਿਣੀ ਤੀ ਉਹਨੂੰ, ਮੈਂ ਘਰੇ ਵੀ ਦੱਸਦਾ ਹੁੰਦਾ ਤੀ, ਮੈਂ ਸਾਡਾ ਤਾਂ ਬਾਹਲਾ ਪਿਆਰ ਤੀ ਹੈਗਾ ਤੀ, ਪਿਆਰ ਤਾਂ ਆਪਣਾ ਰਹੂਗਾ ਤੇ ਜੇ ਪਿਆਰ ਜਾਂ ਕੁਛ ਲਿਆਉਂਦੇ ਮੇਰੇ ਜਵਾਕਾਂ ਨੂੰ ਫਲਾਣ ਦੇ ਖਾਣ ਮੈਨੂੰ ਤੁਸੀਂ। ਹੋਰ ਬਾਈ ਮੈਂ ਤਾਂ ਹੀ ਤੇਰੀ ਇੱਜ਼ਤ ਵਾਲੀ ਕਰਦਾ, ਹੁਣ ਨੰਬਰਦਾਰਾਂ ਦਾ ਪਤਾ ਨਹੀਂ ਬੰਦੇ ਕਿਹੋ ਜਿਹਾ ਸੁਭਾਅ ਹੋਣਾ, ਹੈ ਮੈਂ ਤਾਂ ਸੋਚ ਜੀ ਲੱਗ ਰਹੀ ਹੈ। ਨਾ ਨਾ ਬੰਦੇ ਤਾਂ ਵਧੀਆ ਨੇ ਤੇਜੇ, ਨੰਬਰਦਾਰ ਵੀ ਨਿਭਜੂ ਤੇਰੀ ਉਹਨਾਂ ਨਾਲ। ਚੱਲ ਦੇਖਦੇ ਹਾਂ ਫਿਰ। ਚੱਲ ਠੀਕ ਹੈ ਫਿਰ, ਹੈ ਹਾਂ ਜੱਸੇ ਬਾਈ, ਮੈਂ ਕਹਿੰਦਾ ਧੰਨਵਾਦ ਤੇਰਾ ਯਾਰ ਪੈਸੇ। ਨਾ ਨਾ ਕੋਈ ਗੱਲ ਨਹੀਂ, ਲੈ ਕਿੱਡੀ ਕੁ ਗੱਲ ਹੈ ਇਹ, ਕੋਈ ਨਾ ਕੋਈ ਨਾ, ਤੂੰ ਜਵਾਕ ਜੱਲੇ ਨੂੰ ਕੱਪੜੇ ਲਿਆ ਦੀ। ਦੇਖ ਮਾਮੀ ਸੋਹਣੇ ਨੇ ਨਾ ਦੋਨੇ ਸੂਟ। ਹਾਂ ਸੋਹਣੇ ਨੇ ਪੁੱਤ, ਰੰਗ ਵੀ ਤੂੰ ਤਾਂ ਮੇਰੇ ਮਨ ਪਸੰਦ ਦੇ ਲਿਆਈ ਹੈ। ਲੈ ਮਾਮੀ ਮੈਨੂੰ ਪਤਾ ਹੀ ਹੈ ਤੇਰੀ ਪਸੰਦ ਦਾ, ਨਾਲੇ 30 ਕੀ ਲੁੱਕ ਹੈ ਮਾਮਾ ਦਾ। ਉਹ ਤਾਂ ਠੀਕ ਹੈ ਪੁੱਤ, ਹੋਰ ਹੁਣ ਤੁਹਾਡੀ ਪੱਕੀ ਸਲਾਹ ਹੀ ਹੈ ਪੁੱਤ ਫਿਰ ਅੱਡ ਹੋਣ ਦੀ, ਹੈ। ਹਾਂ ਮਾਮੀ ਅੱਡ ਤਾਂ ਹੋਣਾ ਹੀ ਅਸੀਂ, ਅਸ ਤਾਂ ਤੈਨੂੰ ਤਾਂ ਸੱਦਿਆ ਮਾਮੀ, ਤੂੰ ਨਾ ਬਸ ਫੈਸਲਾ ਵਧੀਆ ਕਰਾਈ। ਚੰਗਾ ਕੋਈ ਗੱਲ ਨਹੀਂ, ਫੈਸਲਾ ਤਾਂ ਮੈਂ ਵਧੀਆ ਕਰਾਊਂ। ਇੱਕ ਮਾਮੀ ਮੈਂ ਕਹਿੰਦੀ ਸੀ ਅਸੀਂ ਉੱਧਰਲਾ ਘਰ ਰੱਖਣਾ। ਅੱਛਾ ਉਹ ਤੁਸੀਂ ਰੱਖਣਾ ਹੈ? ਹਾਂ ਮਾਮੀ ਇਹ ਕਹਿੰਦੀ ਆਪਾਂ ਉੱਧਰਲਾ ਘਰ ਰੱਖਾਂਗੇ, ਆਹ ਵਾਲਾ ਤੁਸੀਂ ਇਹਨਾਂ ਨੂੰ ਦੇ ਦਿਓ ਜੱਸੇ ਗਿਆ ਨੂੰ। ਜੇ ਉਹਨਾਂ ਨੇ ਕਹਿਤਾ ਵੀ ਅਸੀਂ ਰੱਖਾਂਗੇ, ਤੂੰ ਕਹਿਦੀ ਤੂੰ ਕਿਵੇਂ ਮਰਜ਼ੀ ਕਹੀ ਮਾਮੀ, ਅਸੀਂ ਤਾਂ ਐਡੇ ਮਾਣ ਨਾਲ ਸੱਦਿਆ ਤੈਨੂੰ, ਤੂੰ ਕਹਿਦੀ ਚੱਲ ਇਹ ਛੋਟੇ ਨੇ ਇਹਨਾਂ ਨੂੰ ਦੇ ਦਿਓ। ਹੋਰ ਚੱਲ ਮਰਜ਼ੀ ਕਰੀ ਤੂੰ। ਚੱਲ ਠੀਕ ਹੈ ਪੁੱਤ, ਕਰੂੰਗੀ ਮੈਂ ਕੋਈ ਹੀਲਾ, ਹੋਰ ਐਂ ਕਰੀ। ਤੈਨੂੰ ਪਤਾ ਹੀ ਹੈ ਮਾਮੀ ਆਪਾਂ ਤਾਂ ਕਦੇ ਸੋਚੇ ਨਹੀਂ ਤੇ ਇਹ ਚੀਜ਼ ਬਾਰੇ, ਪਰ ਹੁਣ ਆਏ ਆ ਵੀ ਘਰ ਦੇ ਜਦੋਂ ਹਾਲਾਤ ਹੀ ਇਹੋ ਜਿਹੇ ਬਣ ਗਏ ਫਿਰ ਮਜਬੂਰ ਹੋ ਕੇ ਅੱਡ ਤਾਂ ਹੋਣਾ ਹੀ ਪਊਗਾ। ਹਾਂ ਉਹ ਤਾਂ ਮੈਂ ਸਮਝਦੀ ਹਾਂ ਪੁੱਤ, ਫਿਰ ਇਹਦਾ ਹੋਰ ਤਾਂ ਕੋਈ ਹੀਲਾ ਨਹੀਂ, ਅੱਡ ਤਾਂ ਹੁਣ ਤੁਹਾਨੂੰ ਹੋਣਾ ਹੀ ਪਊਗਾ।
ਬਸ ਮਾਮੀ ਮੈਂ ਵੀ ਐਂ ਕਹਿੰਦੀ ਹਾਂ ਵੀ ਤੁਸੀਂ ਸਾਂਝੇ ਹੋਗੇ, ਸਾਂਝੇ ਦਾ ਫੈਸਲਾ ਕਰਾ ਦਿਓ, ਬਸ ਨਾ ਉਹਦੇ ਪੱਖ ਦੀ ਗੱਲ ਕਰਿਓ ਨਾ ਸਾਡੇ ਪੱਖ ਦੀ ਗੱਲ ਕਰਿਓ। ਨਾ ਨਾ ਪੁੱਤ, ਮੈਂ ਸਾਂਝੀ ਹੀ ਗੱਲ ਕਰੂੰ, ਮੈਂ ਇੱਕ ਦੇ ਪੱਖ ਦੀ ਕਿਉਂ ਕਰੂੰ? ਮੈਨੂੰ ਤਾਂ ਤੁਸੀਂ ਵੀ ਉਹੋ ਜਿਹੇ, ਉਹ ਵੀ ਉਹੋ ਜਿਹੇ, ਸਾਂਝੀ ਗੱਲ ਕਰੂੰ ਪੁੱਤ, ਮੈਂ ਵਧੀਆ ਫੈਸਲਾ ਕਰਾਊਂ ਤੁਹਾਡਾ। ਸਹੀ ਗੱਲ ਹੈ ਮਾਮੀ, ਬਸ ਠੀਕ ਹੈ। ਚੱਲ ਪੁੱਤ, ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਵੀ ਜੇ ਤੁਸੀਂ ਨਾ ਹੀ ਅੱਡ ਹੁੰਦੇ ਹੈ, ਬਾਕੀ ਜੇ ਤੁਸੀਂ ਸੋਚ ਹੀ ਲਿੱਤਾ ਚੱਲ ਉਹ ਤੁਹਾਡੀ ਮਰਜ਼ੀ ਹੈ। ਦੇਖ ਬੂਟੇ ਵਾਲੇ 3 ਕਿੱਲੇ ਤਾਂ ਬੂਟੇ ਨੇ ਆਪਦੇ ਠੇਕੇ 'ਤੇ ਦੇ ਹੀ ਰੱਖੇ ਨੇ ਕਿਸੇ ਨੂੰ, ਬਾਕੀ ਭਾਈ ਤੁਸੀਂ ਆਪਦੀ ਸੋਚ ਲਓ ਵੀ ਕਿਹੜਾ ਕਿੱਧਰ ਲਊਗਾ ਕਿਹੜਾ ਕਿੱਧਰ ਲਊਗਾ, ਉਹ ਤੁਸੀਂ ਗੱਲ ਕਰ ਲਓ। ਉਹ ਤਾਂ ਸਾਡੀ ਗੱਲ ਹੋ ਗਈ ਮਾਮੀ, ਉਹ ਤਾਂ ਮੇਰੇ ਤੇ ਬਾਈ ਦੀ ਗੱਲ ਹੋ ਗਈ, ਗਿੰਦੂ ਵਾਲੇ ਪਾਸੇ ਨੇ ਉਹ ਇਹ ਰੱਖ ਲੂਗਾ, ਆ ਤਾਰੇ ਵਾਲੇ ਪਾਸੇ ਉਹ ਮੈਂ ਰੱਖ ਲੂੰਗਾ, ਉਹ ਸਾਡੀ ਗੱਲ ਹੋ ਗਈ। ਹੋ ਗਈ ਦਿਓ ਤਾਂ ਮਾਮੀ। ਚੱਲ ਠੀਕ ਹੈ ਪੁੱਤ, ਜੇ ਹੋ ਗਈ, ਬਾਕੀ ਹੁਣ ਫਿਰ ਤੁਹਾਡਾ ਘਰ ਵਾਲਾ ਰਹਿ ਗਿਆ। ਘਰ ਤਾਂ ਮਾਮੀ ਨਵਾਂ ਅਸੀਂ ਰੱਖ ਲਾਂਗੇ, ਆਹ ਵਾਲਾ ਹੀ ਰੱਖ ਲੈਣਗੇ। ਦੈ ਐਂ ਤਾਂ ਕਿਵੇਂ ਰੱਖ ਲਓਗੇ ਤੁਸੀਂ ਨਵਾਂ? ਨਵੇਂ ਤਾਂ ਕਿੰਨਾ ਪੈਸਾ ਲੱਗਿਆ, ਅਸੀਂ ਨਵਾਂ ਰੱਖਾਂਗੇ। ਅਸੀਂ ਤਾਂ ਪਹਿਲਾਂ ਸੋਚਿਆ ਹੋਇਆ ਅਸੀਂ ਉਹ ਰੱਖਾਂਗੇ, ਤੁਸੀਂ ਰੱਖ ਲਓ ਆਹ। ਲੈ ਹੁਣ ਸੋਚਣ ਦੇ ਹਿਸਾਬ ਨਾਲ ਤਾਂ ਨਹੀਂ ਮਿਲਦਾ ਹੈਗਾ, ਇਹ ਪੁਰਾਣਾ ਵੀ ਹੈ ਘਰ। ਫਿਰ ਕੀ ਹੋ ਗਿਆ ਜੇ ਪੁਰਾਣੇ, ਜਗ੍ਹਾ ਵੀ ਵੱਧ ਹੈ, ਪੈਸਾ ਲੱਗਿਆ ਹੋਇਆ ਤੇ ਕਿੰਨਾ? ਇਹ ਚ ਜਗ੍ਹਾ ਵੱਧ ਹੈ, ਤੁਹਾਨੂੰ ਬਾਗਲ ਵੀ ਦਿੱਤਾ ਨਾਲ। ਫਿਰ ਕੀ ਹੋ ਗਈ, 2 ਮਰਲੇ ਵੱਧ ਹੈ ਇਧਰ? 2 ਮਰਲੇ ਘੱਟ ਹੁੰਦੇ ਨੇ ਕਿਤੇ? ਕੋਈ ਨਾ ਭਾਈ, ਜੇ 2 ਮਰਲੇ ਘੱਟ ਨਹੀਂ ਹੁੰਦੇ ਤੁਸੀਂ ਇਹ ਰੱਖ ਲਓ। ਲੈ ਐਂ ਕਿਵੇਂ ਰੱਖ ਲਓ, ਅਸੀਂ ਤਾਂ ਉਹੀ ਰੱਖਾਂਗੇ ਨਵਾਂ। ਚੱਲ ਕੋਈ ਗੱਲ ਨਹੀਂ ਸੁਖਪਾਲ, ਰੱਖ ਲੈਣ ਦੇ ਪੁੱਤ, ਇਹਨਾਂ ਨੂੰ ਇਹ ਛੋਟੇ ਵੀ ਨੇ। ਲੈ ਮਾਮੀ ਪਹਿਲਾਂ ਛੋਟੇ ਵੱਡੇ ਵਿੱਚ ਕਿਹੜੀ ਗੱਲ ਹੋਈ, ਸਹੀ ਫੈਸਲਾ ਤਾਂ ਸਹੀ ਹੁੰਦਾ, ਤੁਸੀਂ ਸਹੀ ਫੈਸਲਾ ਕਰੋ। ਚੱਲ ਕੋਈ ਗੱਲ ਨਹੀਂ ਪੁੱਤ, ਫਿਰ 2 ਮਰਲੇ ਤੁਹਾਨੂੰ ਵੱਧ ਵੀ ਦੇਈ ਜਾਂਦੇ ਨੇ ਇਹ। ਜਿਹੀ ਜੇ 2 ਮਰਲੇ ਵੱਧ ਨੇ ਉਹਦੀ ਕੀਮਤ ਵੀ ਵੱਧ ਹੈ ਘਰ ਦੀ, ਦਰੇ ਤੇ ਆਓ ਘਰ ਜਮਾ। ਚੱਲ ਕੋਈ ਗੱਲ ਨਹੀਂ ਭਾਬੀ, ਕੀਮਤ ਦਾ ਕਿੰਨਾ ਕੁ ਫਰਕ ਹੋਊਗਾ, ਕੋਈ ਬੜਾ ਫਰਕ ਨਹੀਂ ਹੈਗਾ, ਉਹ ਜਾਂ 2 ਮਰਲੇ ਇੱਧਰ ਜਗ੍ਹਾ ਵੱਧ ਹੈ, ਬਸ ਆਹੀ ਹੈ ਵੀ ਉਹ ਨਵਾਂ ਪਾਇਆ ਹੋਇਆ। ਅਸੀਂ ਉਹ ਰੱਖ ਲਾਂਗੇ, ਨਹੀਂ ਹੈਗਾ ਭਾਈ ਰੋਡ ਰੇਲ ਦਾ ਕੋਲ ਦੀ ਕੀਮਤ ਦਾ ਫਰਕ ਹੈਗਾ। ਅਸੀਂ ਸੋਚਿਆ ਭਾਬੀ ਮੈਂ ਅਸੀਂ ਉਹ ਰੱਖ ਲੈਂਦੇ, ਹੁਣ ਸੋਚਿਆ ਤਾਂ ਸਭ ਨਹੀਂ ਹੁੰਦਾ ਵੀ ਨਵੇਂ ਘਰ 'ਚ ਜਾਈਏ ਅਸੀਂ। ਦੇਖ ਮਾਮੀ ਤੈਨੂੰ ਇਹੀ ਸੱਦਾ ਸਾਂਝੀ ਕਰਕੇ ਤੂੰ ਸਹੀ ਫੈਸਲਾ ਕਰਦੇ। ਲੈ ਕੁੜੇ ਕੀ ਫੈਸਲਾ ਕਰਾ ਦਾਂ, ਤੁਸੀਂ ਮੇਰੀ ਮੰਨਦੇ ਤਾਂ ਹੈ ਨਹੀਂ, ਕਿੱਡੀ ਕੁ ਗੱਲ ਹੈ ਜੀ ਇਹਨਾਂ ਨੂੰ ਦੇ ਦੋਗੇ ਨਵਾਂ ਘਰ। ਲੈ ਮਾਮੀ ਮੰਨਣ ਆਈ ਇਹ 'ਚ ਕਿਹੜੀ ਗੱਲ ਹੈ, ਆਪਾਂ ਘਰ ਅੰਗ ਲੈਂਦੇ ਹਾਂ ਜਿਹਨੂੰ ਵਧੇ ਘਟੇ ਪੈਸੇ ਆਏ ਪੈਸੇ ਲਾ ਦਾਂਗੇ। ਚੱਲ ਫਿਰ ਐਂ ਕਰ ਲਓ ਭਾਈ। ਹਾਂ ਸਾਨੂੰ ਮਨਜ਼ੂਰ ਹੈ, ਚੱਲ ਉਰੇ ਆਓ ਭਾਈ। ਕੀ ਕਰੀ ਜਾਂਦੀ ਹੈ ਮਾਮੀ ਤੂੰ, ਨਾ ਅਸੀਂ ਪੈਸੇ ਕਿਉਂ ਦੇਈਏ, ਆਹ ਤਾਂ ਤੂੰ ਉਹੀ ਗੱਲ ਕਰਤੀ ਫਿਰ। ਨੂੰ ਤੂੰ ਮੇਰੀ ਗੱਲ ਸੁਣ, ਕੇਰਾਂ ਤਾਂ ਤੁਸੀਂ ਮੁੱਲ ਪਵਾ ਲਓ, ਕਰਾਰ ਲੰਮਾ ਕਰ ਲਿਓ ਪੈਸਿਆਂ ਦਾ, ਫਿਰ ਕੌਣ ਪੁੱਛਦਾ ਹੈ ਕਿਹੜੇ ਪੈਸੇ ਕਿਹਨੂੰ ਦੇਣੇ ਨੇ, ਵੱਧ ਤੋਂ ਵੱਧ ਇਹ ਮੈਨੂੰ ਹੀ ਕਹਿਣਗੇ। ਮੈਂ ਕਹਿ ਦਿਆ ਕਰੂੰਗੀ ਵੀ ਮੈਂ ਤਾਂ ਕਈ ਵਾਰੀ ਕਹਿਤਾ, ਉਹ ਕਹਿੰਦੇ ਸਾਡੇ ਕੋਲ ਹੈ ਨਹੀਂ, ਆਪ ਹੀ ਟਿਕ ਜਾਣਗੇ, ਬਾਕੀ ਮੈਂ ਜੱਸੇ ਨੂੰ ਕਹਿ ਦੂੰਗੀ ਚੱਲ ਵੀ ਕੋਈ ਨਹੀਂ ਪੁੱਤ ਛੱਡ ਦੇ, ਤੇਰਾ ਛੋਟਾ ਭਾਈ ਹੈ, ਹੁਣ ਵਾਰੀ ਵਾਰੀ ਕੀ ਕਹੀਏ ਉਹਨਾਂ ਨੂੰ। ਚੱਲ ਆਹ ਤਾਂ ਠੀਕ ਹੈ ਫਿਰ ਮਾਮੀ, ਫਿਰ ਤਾਂ ਠੀਕ ਹੈ। ਚੱਲ ਮੇਰੀ ਗੱਲ ਸੁਣ ਲੈ ਮਾਮੀ, ਬਾਈ ਨੂੰ ਫਿਰ ਤੈਨੂੰ ਹੀ ਟਿਕਾਉਣਾ ਪਊਗਾ। ਉਹ ਕੋਈ ਗੱਲ ਨਹੀਂ, ਉਹ ਤੂੰ ਮੇਰੇ 'ਤੇ ਛੱਡ ਦੇ, ਬਸ 1-2 ਵਾਰੀ ਲਾਰੇ ਜੇ ਲਾਉਣੇ ਨੇ ਇਹਨੂੰ ਕਰਾਰ ਤੋਂ ਬਾਅਦ। ਹਾਂ ਉਹ ਤਾਂ ਕੋਈ ਗੱਲ ਨਹੀਂ ਮਾਮੀ, ਉਹ ਤਾਂ ਮੈਂ ਲਾ ਦੂੰਗਾ। ਚੱਲ ਠੀਕ ਹੈ ਫਿਰ, ਚੱਲ ਸੱਦੋ ਕਿਹਨੂੰ ਸੱਦ ਦਿਓ, ਪਵਾਓ ਮੁੱਲ ਫਿਰ। ਆ ਜਾਓ ਮਾਮੀ ਫਿਰ ਸੱਦ ਲੈਂਦੇ, ਕੋਈ ਨਾ ਆ ਜਾਓ। ਚਲੋ ਹਾਂ ਬਸ ਠੀਕ ਹੈ ਬਾਈ, ਉਹ ਘਰ ਫਿਰ ਅਸੀਂ ਰੱਖ ਲੈਂਦੇ ਹਾਂਗੇ, ਦੋਨੇ ਘਰਾਂ ਦਾ ਮੁੱਲ ਪਵਾ ਲਾਂਗੇ, ਜਿਹੜੇ ਕੋਈ ਪੈਸਿਆਂ ਦਾ ਲੈਣ ਦੇਣ ਹੋਊਗਾ ਵਾਧਾ ਘਾਟਾ ਉਹ ਤੇਰੇ ਨਾਲ ਮੈਂ ਕਰਾਰ ਕਰ ਲੂੰਗਾ। ਅੱਛਾ, ਨਾ ਨਾ ਕੋਈ ਗੱਲ ਨਹੀਂ ਬਿੰਦਰਾ, ਕੋਈ ਨਹੀਂ, ਬਸ ਠੀਕ ਹੈ ਫਿਰ ਉਹਨੂੰ ਸੱਦ ਲੈਂਦੇ ਹਾਂ, ਮੰਗਲ ਦਲਾਲ ਨੂੰ। ਅੱਛਾ ਹਾਂ, ਐਂ ਕਰ ਲਓ ਸੱਦਾ ਫਿਰ ਉਹਨੂੰ, ਮੈਂ ਕਰਦਾ ਫੋਨ। ਕਰ ਮੰਗਲ ਦਲਾਲ ਨੂੰ ਸੱਦਣ ਨੂੰ ਕਰਦਾ ਇਹ, ਮੈਂ ਤਾਂ ਕਹਿੰਦੀ ਕੋਈ ਫੋਨ ਸੱਦ ਲੈ, ਇਹ ਤਾਂ ਲਿਹਾ ਜੀ ਆਹੋ। ਚਲ ਕੋਈ ਨਾ, ਜਦੋਂ ਕਹਿੰਦਾ ਹੈ ਸੱਦ ਲੈਂਦੇ। ਚਲ ਠੀਕ ਹੈ, ਮੈਂ ਕੀ ਕਹਾਂ ਉਹਨੂੰ।
ਦੇਖ ਪੁੱਤ ਜੱਸੇ, ਘਰਾਂ ਦਾ ਤਾਂ ਮੁੱਲ ਪਵਾ ਲਿਆ ਆਪਾਂ ਦੋਨਾਂ ਦਾ। ਬਿੰਦਰ ਨੇ ਦੇਖ ਤੇਰਾ 6 ਲੱਖ ਦੇਣਾ। ਦੇਖ ਮੁੰਡਿਆ, ਤੂੰ ਕਰਾਰ ਕਰ ਲੈ ਇਹਦੇ ਨਾਲ, ਪਰ ਕਰਾਰ ਕਰੀ ਆਪਦਾ ਇੱਕ। ਨਾ ਕੋਈ ਗੱਲ ਨਹੀਂ ਮਾਮੀ, ਇਹ ਤਾਂ ਵਿਹਾਰੀ ਗੱਲ ਹੈ, ਕਰਾਰ ਤਾਂ ਇੱਕੋ ਹੀ ਕਰਾਂਗੇ, ਜਦੋਂ ਅਗਲੇ ਦੇ ਦੇਣੇ ਹੀ ਨੇ ਦੇਵਾਂਗੇ, ਕੋਈ ਗੱਲ ਨਹੀਂ। ਦੇਖ ਬਾਈ ਮੇਰੀ ਗੱਲ ਸੁਣ, ਮੈਂ ਤੈਨੂੰ ਪੈਸੇ 6 ਮਹੀਨਿਆਂ ਨੂੰ ਦੇ ਦੂੰ। ਹੁਣ ਹੈਗਾ ਆਪਣਾ ਅਗਸਤ ਦਾ ਲਾਸਟ ਚੱਲਦਾ, ਤੈਨੂੰ ਮੈਂ ਪੈਸੇ ਦੇ ਦੂੰ ਫਰਵਰੀ ਨੂੰ, ਫਰਵਰੀ ਦੇ ਲਾਸਟ ਨੂੰ। ਨਾ ਨਾ ਕੋਈ ਗੱਲ ਨਹੀਂ ਮਿੰਦਰਾ, ਕੋਈ ਨਾ ਕੋਈ ਗੱਲ। ਚੱਲ ਪੁੱਤ, ਤੁਹਾਡਾ ਮੋਟਾ ਮੋਟਾ ਕੰਮ ਤਾਂ ਨਿਬੜ ਗਿਆ, ਰਹਿ ਗਿਆ ਭਾਂਡੇ ਟਿੰਡੇ ਅਤੇ ਸੰਦ ਸੰਦੇੜੇ। ਉਹ ਪੁੱਤ ਤੁਸੀਂ ਦੱਸ ਦਿਓ ਮੈਨੂੰ, ਆਪਾਂ ਵੰਡ ਲਾਂਗੇ, ਵੰਡਾ ਜੂੰਗੀ ਮੈਂ ਤੁਹਾਡੇ। ਕੋਈ ਨਾ ਕੋਈ ਨਾ। ਹਾਂ ਨਾ ਫਿਰ ਲੱਲਾ ਨਾ ਖੱਖਾ, ਦੋਨੇ ਭਾਈਆਂ ਦਾ ਕੰਮ ਨਿਬੜੂਗਾ। ਮੈਂ ਤੁਹਾਨੂੰ ਕਿਹਾ ਨਹੀਂ ਤੀ ਵੀ ਦਲਾਲ ਕੋਈ ਹੋਰ ਸੱਦ ਲਓ, ਇਹ ਦਲਾਲ ਇਹਦਾ ਲਿਹਾਜੀ ਤੀ, ਇਸੇ ਦਾ ਪੱਖ ਪੂਰ ਗਿਆ। ਨਵੇਂ ਘਰ ਦੀ ਕੀਮਤ ਘੱਟ ਪਾ ਗਿਆ, ਪੁਰਾਣੀ ਦੀ ਵੱਧ ਪਾ ਗਿਆ। ਜੇ ਸਹੀ ਕੀਮਤ ਪਾਈ ਹੁੰਦੀ ਆਪਣਾ 9-10 ਲੱਖ ਰੁਪਇਆ ਵੱਧ ਆ ਲੰਘਣੀ। ਚੱਲ ਕੋਈ ਨਾ ਯਾਰ, ਜਿਹੜਾ ਕੁਛ ਹੋਣਾ ਤੀ ਹੋ ਗਿਆ। ਇਹ ਤਾਂ ਮੈਂ ਵੀ ਕਹਿੰਦੀ ਹਾਂ ਵੀ ਜਿਹੜਾ ਕੁਛ ਹੋਣਾ ਤੀ ਹੋ ਗਿਆ। ਮੈਂ ਦੱਸ ਲਈ ਕੀ ਗੱਲ ਕਰਦੀ ਹਾਂ, ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਾਂ। ਮਾਮੀ ਜਾਂਦੀ ਹੋਣੀ ਦੇਖੀ ਤੀ ਝੋਲੇ 'ਚ ਕੁਛ ਇਹਨਾਂ ਤੋਂ ਲੈ ਕੇ ਗਈ ਹੈ। ਹਾਂ ਲੈ ਕੇ ਤਾਂ ਗਈ ਹੈ ਯਾਰ, ਝੋਲੇ 'ਚ ਹੈਗਾ ਤੀ ਕੁਛ। ਸੂਟ ਦਿੱਤਾ ਹੋਣਾ ਇਹਨੇ ਪੰਮੀ ਨੇ, ਲਾਲ 'ਚ ਦਿੱਤਾ ਹੋਣਾ ਸੂਟ ਦਾ, ਵੀ ਆਪਣੀ ਮੇਹਰ ਕਰਾਊਗੀ। ਹੋਰ ਤਾਂ ਕੀ ਹੈ ਝੋਲੇ 'ਚ? ਹੋ ਸਕਦਾ। ਹੋ ਸਕਦਾ ਨਹੀਂ, ਪੱਕਾ ਸੂਟ ਹੀ ਲੈ ਕੇ ਗਈ ਹੈ, ਤਾਂ ਹੀ ਤਾਂ ਇਹਨਾਂ ਨੂੰ ਘਰ ਪਵਾ ਗਈ ਨਵਾਂ। ਬਹੁਤ ਤੇਜ਼ ਹੈ ਪੰਮੀ, ਤੁਸੀਂ ਨਹੀਂ ਜਾਣਦੇ ਪੰਮੀ ਨੂੰ, ਮੈਂ ਜਾਣਦੀ ਹਾਂ। ਚੱਲ ਕੋਈ ਨਾ, ਕਲੇਸ਼ ਤਾਂ ਨਿਬੜਿਆ ਕਰੋ, ਸ਼ਾਂਤੀ ਤਾਂ ਹੋ ਜੂਗੀ ਘਰੇ, ਕਿ ਨਹੀਂ? ਹਾਂ ਸਹੀ ਗੱਲ ਹੈ, ਚੱਲ ਕਲੇਸ਼ ਤਾਂ ਮਿਟਿਆ। ਹੋਰ ਚੱਲ ਕੋਈ ਨਾ। ਆਹ ਤਾਂ ਬਹੁਤ ਮਾੜਾ ਕੰਮ ਹੋਇਆ ਬਾਈ, ਮੈਨੂੰ ਤਾਂ ਬਾਹਲਾ ਦੁੱਖ ਲੱਗੀ ਜਾਂਦਾ। ਉਹ ਚੱਲ ਕੁਛ ਨਹੀਂ ਹੁੰਦਾ, ਇਹ ਤਾਂ ਹੋਣੀ ਸੀ ਇੱਕ ਦਿਨ। ਹਾਂ ਇਹ ਤਾਂ ਦਿਸੀ ਜਾਂਦਾ ਸੀ, ਮੈਂ ਕਿਹਾ ਬਾਈ ਦੇ ਪੈਸੇ ਫੜਾ ਕੇ ਆਵਾਂ। ਆਹ ਲੈ ਬਾਈ 3000 ਰੁਪਇਆ। ਉਹ ਕੋਈ ਨਾ ਕੋਈ ਨਾ। ਉਹ ਪਤਾ ਕੀ ਗੱਲ ਹੈ ਬਾਈ, ਮੇਰੀ ਸੱਸ ਮਰ ਗਈ ਤੀ, ਉੱਧਰ ਲੱਗ ਗਏ ਮੈਨੂੰ 5-6 ਦਿਨ, ਤਾਂ ਕਰਕੇ ਲੇਟ ਹੋ ਗਿਆ, ਨਹੀਂ ਤਾਂ ਮੈਂ ਪਹਿਲਾਂ ਹੀ ਫੜਾ ਜਾਂਦਾ। ਨਾ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਅੱਛਾ ਉੱਧਰ ਜਾਇਆ ਸੀ ਜੱਸੇ ਬਣੀ? ਨਾ ਨਾ ਬਾਈ, ਜੱਸੇ ਬਾਈ ਨੇ ਤਾਂ ਮੈਨੂੰ ਪਹਿਲਾਂ ਹੀ ਕਹਿਤਾ ਸੀ, ਕਹਿੰਦਾ ਮੈਂ ਨਹੀਂ ਲੈਣੇ ਤੇ ਉੱਥੋਂ ਪੈਸੇ, ਉਹਨੇ ਤਾਂ ਮੈਨੂੰ ਛੱਡ ਤੇ। ਅੱਛਾ ਚੱਲ ਵਧੀਆ, ਹੋਰ ਚਾਹ ਤਰਾਮ? ਨਾ ਬਾਈ ਚਾਹ ਤਾਂ ਬਸ ਰਹਿਣ ਦੇ। ਦੇਖ ਲਾ ਪੀਣੀ ਹੈ? ਨਾ ਨਾ ਚੱਲ ਚੰਗਾ ਬਾਈ, ਮੈਂ ਜਾਂਦਾ। ਠੀਕ ਹੈ ਚੰਗਾ। ਕੀ ਕਹਿੰਦਾ ਸੀ ਇਹ ਵੀ ਜੱਸੇ ਨੇ ਛੱਡਤੇ ਮੈਨੂੰ ਪੈਸੇ? ਆਹੋ ਮੈਂ ਉਹਨੇ ਛੱਡਤੇ ਹੋਣਗੇ, ਮੈਂ ਤਾਂ ਨਹੀਂ ਛੱਡਦਾ। ਹਾਂ ਸਹੀ ਗੱਲ ਹੈ। ਫਿਰ ਬਿੰਦਰ ਤਾਂ ਕਿਸੇ ਕਰਾਰ ਤੇ ਨਹੀਂ ਖੜਦਾ, ਲੈ ਗਾਹਾਂ ਦੀ ਗਾਹਾਂ, ਗਾਹਾਂ ਦੀ ਗਾਹਾਂ, ਗਾਹਾਂ ਦੀ ਗਾਹਾਂ। ਹੁਣ ਜੇ ਮਾਮੀ ਨੂੰ ਕਿਹਾ ਮੈਂ, ਮਾਮੀ ਪਤਾ ਕੀ ਬੋਲੀ? ਉਹ ਛੱਡ ਪਰਾਂ ਜੱਸੇ, ਕਹਿੰਦੀ ਪੈਸਿਆਂ ਦੀ ਗੱਲ ਖਤਮ ਕਰ ਪਰਾਂ। ਦੇਖ ਲੈ ਜੇ ਮਾਮੀ ਨੂੰ ਪੁੱਛਣ ਨਾ ਹੋਵੇ, ਦੁਆ ਫੈਸਲਾ ਕਰਾਉਣਾ ਆਈ ਤੇ ਸਾਡਾ ਹੈਂ? ਮੈਨੂੰ ਤਾਂ ਪਹਿਲਾਂ ਹੀ ਪਤਾ ਤੇ ਇਹਨਾਂ ਦਾ ਪੈਸੇ ਪੂਸੇ ਆਪਾਂ ਨੂੰ ਕਿਹੜੇ ਦੇਣਗੇ। ਮਾਮੀ ਨੇ ਬਸ ਚੜਾਕੀ ਨੇ ਮਕਾਨ ਦਵਾਉਣਾ ਤੇ ਇਹਨਾਂ ਨੂੰ, ਦਵਾਤਾ। ਸਹੀ ਗੱਲ ਹੈ, ਹੁਣ ਤਾਂ ਮੈਨੂੰ ਸਾਫ਼ ਹੀ ਪਤਾ ਲੱਗ ਗਿਆ, ਪਤਾ ਹੀ ਲੱਗ ਗਿਆ ਹੁਣ ਤਾਂ ਪੈਸੇ ਕਾਹਦੇ ਦੇਣੇ ਨੇ ਇਹਨੇ। ਕੋਈ ਰਾਵਟ ਹੋ ਹੀ ਨਹੀਂ ਦਿੰਦਾ, ਜਦੋਂ ਜਿਹਦੇ ਦੇਣੇ ਹੁੰਦੇ ਨੇ ਬੰਦੇ ਕੋਈ ਕਰਾਰ 'ਤੇ ਤਾਂ ਖੜਦੇ ਹੁੰਦੇ ਨੇ। ਚੱਲ ਕੋਈ ਨਾ, ਤੂੰ ਖੁਸ਼ ਰਹਿ ਭਰਾਵਾ ਮਹਿੰਦਰਾ। ਖੁਸ਼ ਤਾਂ ਰਹੂਗਾ ਹੁਣ, ਖੁਸ਼ ਤਾਂ ਅਗਲਾ ਹੈਗਾ ਹੀ ਹੈ। ਪਹਿਲੀ ਇਹਨਾਂ ਦੀ ਕੋਈ ਘੜੀ ਮੱਥੀ ਤੀ ਤਾਂ, ਪਹਿਲੀ ਇਹਨਾਂ ਨੇ ਤਾਂ ਗੱਲ ਕਰਖੀ ਤੀ, ਗਿਟਮਿਟ ਕਰਖੀ ਤੀ। ਜਿਹੜੀਆਂ ਇਹਨਾਂ ਦੇ ਦਿਲ 'ਚ ਨੇ, ਮੇਰੇ ਤਾਂ ਉਹ 9-ਚ ਨੇ। ਮਾਮੀ ਹੈਗੀ ਆ ਸੂਟਾਂ ਹੀ ਲਾਲਚਣ, ਕੋਈ ਦੇਤਾ ਉਹ ਮਹਿੰਗਾ ਸੂਟ। ਚੱਲ ਠੀਕ ਹੈ ਭਰਾਵਾ ਬਿੰਦਰਾ, ਜਿਹੜੀ ਤੂੰ ਕਰ ਗਿਆ ਮੇਰੇ ਨਾਲ, ਠੀਕ ਹੈ। ਪੰਮੀ ਪੰਮੀ, ਬੂਟੇ ਹੋਰੀ ਆਉਂਦੇ ਆ ਬਾਹਰੋਂ, ਅੱਛਾ ਰਹਿਣਗੇ 2-3 ਮਹੀਨੇ। ਅੱਛਾ ਫੋਨ ਆਇਆ ਤੁਹਾਡੇ ਕੋਲ? ਹਾਂ ਫੋਨ ਆਇਆ ਸੀ ਮੈਨੂੰ। ਅੱਛਾ ਮੇਰੀ ਗੱਲ ਸੁਣੋ, ਬੂਟੇ ਹੋਰਾਂ ਨੂੰ ਆਪਾਂ ਆਪਦੇ ਕਨੀ ਰੱਖਣਾ? ਕੋਈ ਨਾ ਕੋਈ ਨਾ, ਕਰ ਲਾਂਗੇ ਕੋਸ਼ਿਸ਼।
ਆਪਾਂ ਆਪਦੇ ਹੱਥ 'ਚ ਰੱਖਾਂਗੇ ਉਹਨਾਂ ਨੂੰ। ਹਾਂ ਕਰ ਲਾਂਗੇ ਹੱਥ 'ਚ, ਕੋਈ ਨਾ, ਚੱਲ ਘੁੱਟ ਪਾਣੀ ਲਿਆ ਕੇ ਦੇ ਮੈਨੂੰ। ਲਿਆ ਦੇਣੀ। ਅੱਛਾ ਫੋਨ ਆਇਆ ਤੇ ਸਾਨੂੰ ਬੂਟੇ ਦਾ? ਹਾਂ ਫੋਨ ਆਇਆ ਤੇ ਕਹਿ ਥੋੜ੍ਹੇ ਦਿਨਾਂ ਨੂੰ ਹੀ ਆਵਾਂਗੇ। ਚੱਲ ਵਧੀਆ ਗੱਲ ਹੈ, ਉਹ ਆਇਆ ਪਰ ਦੁੱਖ ਜਿਹਾ ਤਾਂ ਉਹਨੂੰ ਹੋਊਗਾ ਹੈ ਨਾ ਅੱਡ ਹੋਇਆਂ ਦਾ, ਵੀ ਕਿਤੇ ਮੈਂ ਇਕੱਠ ਬੈਠੇ 'ਚ ਆਉਂਦਾ ਸੀਗਾ, ਵਧੀਆ ਹੱਸੂ ਖੇਡ ਦਿੱਤੀ ਸੀਗਾ। ਹੋਰ ਹੈ ਕਿੱਥੇ ਵਿਚਾਰਾ ਨਾਸਕੀ ਜੀ ਨਾ, ਕਦੇ ਉੱਧਰ ਜਾਇਆ ਕਰੂਗਾ ਕਦੇ ਉੱਧਰ ਜਾਇਆ ਕਰੂਗਾ, ਜਾਣ ਆਉਣ ਦੀ ਔਖਾ ਹੋ ਜੀ ਵਿਚਾਰੇ ਨੂੰ। ਹੋਰ ਇਹ ਤਾਂ ਹੋਈ, ਦੁੱਖ ਤਾਂ ਹੁੰਦਾ ਹੀ ਹੈ। ਹੋਰ ਉਹ ਗੱਡੀ ਨੂੰ ਕਹਿਣ ਦੀ ਨਾਲੇ ਅੱਛਾ ਸਰਵਿਸ ਕਰਾ ਕੇ ਖੜਾ ਦੀ ਬਈ। ਅੱਛਾ ਹਾਂ ਫਿਰ ਸਰਵਿਸ, ਹਾਂ ਸਰਵਿਸ ਤਾਂ ਕਰਵਾ ਲਈ, ਫਿਰ ਆਉਣਾ ਜਾਣਾ ਹੁੰਦਾ ਰਹਿਣ ਵੀ ਕਿਤੇ, ਅੱਜ ਤਾਂ ਇਤਵਾਰ ਹੈ, ਕੱਲ ਨੂੰ ਕਰਾ ਦੇ, ਕੱਲ ਨੂੰ ਕਰਾ ਲਿਆ ਚਲ, ਹੁਣ ਤਾਂ ਆਪਾਂ ਕੇਰਾਂ ਸ਼ੇਰ ਲੈ ਕੇ ਗਏ ਹਾਂ। ਹਾਂ ਲੈ ਗਏ, ਫਿਰ ਖੜੀ ਚੀਜ਼ ਦੀ, ਖੜੀ ਚੀਜ਼ ਦੀ ਹੋ ਜਾਂਦੀ ਹੈ। ਹਾਂ ਨਾ ਕਰਾ ਲਿਆ ਤੁਸੀਂ ਕੋਈ, ਕਰਾ ਲਿਆ ਕਰਨਾ। ਹੋਰ ਬਾਈ ਯਾਰ ਮੇਰੇ ਤਾਂ ਬਾਲਾ ਮਨ ਖਰਾਬ ਹੋਇਆ ਯਾਰ, ਮੈਂ ਤਾਂ ਜਹਾਜ਼ 'ਚ ਵੀ ਰੋਂਦੀ ਆਇਆ, ਪੁੱਛ ਲਵਾਂਗਾ ਕਿਹਨੂੰ, ਮਹਾਂ ਯਾਰ ਜਦੋਂ ਇਕੱਠੇ ਤੀ ਉਦੋਂ ਕਿੰਨੀ ਰੌਣਕ ਹੁੰਦੀ ਤੀਗੀ। ਹੋਰ ਬਾਈ ਸਹੀ ਗੱਲ ਹੈ, ਤਾਂ ਜਹਾਜ਼ 'ਚ ਵੀ ਰੋਂਦੇ ਰਹੇ। ਕੀ ਕਰੀਏ ਫਿਰ ਬੁੱਟੇ ਬਈ, ਹਾਲਾਤ ਹੀ ਇਹੋ ਜਿਹੇ ਬਣ ਗਏ ਤੀ ਜਦੋਂ। ਉਹ ਤਾਂ ਤੇਰੀ ਗੱਲ ਠੀਕ ਹੈ ਬਾਈ, ਜਮੀ ਰੌਣਕ ਨਹੀਂ ਰਹੀ ਯਾਰ, ਖੁਸ਼ੀਆਂ ਉੱਡ ਗਈਆਂ ਸਾਰੀਆਂ। ਹੋਰ ਹੈ, ਇਹ ਤਾਂ ਗੱਲ ਤੇਰੀ ਸਹੀ ਹੈ, ਫਿਰ ਕਰੀਏ ਕੀ ਹੁਣ? ਹਾਂ ਕਰਿਆ ਤਾਂ ਫਿਰ ਕੀ ਜਾ ਸਕਦਾ ਫਿਰ। ਸੁਪਾਲ ਵੀ ਪਹਿਲਾਂ ਗੱਲ ਕਰਕੇ ਹਟੀ ਆ ਉਦੋਂ ਜਿੱਦੇ ਤਾਈਂ ਫੋਨ ਕਰਿਆ। ਹਾਂ ਕਹਿੰਦੀ ਅੱਗੇ ਹੁਣ ਬੁੱਟੇ ਬਾਈ ਹੋਰਾਂ ਨੂੰ ਵੀ ਔਖੇ ਹੋ ਜਾਊ, ਕਦੇ ਇੱਧਰ ਆਉਣਗੇ ਕਦੇ ਉੱਧਰ ਜਾਣਗੇ ਵਿਚਾਰੇ। ਹੋਰ ਔਖਾ ਤਾਂ ਹੋ ਹੀ ਜਾਊ, ਮੈਂ ਤਾਂ ਆਪ ਕਹਿ ਕੇ ਹਟਾਂ ਗਾਗਰ ਨੂੰ, ਮੈਂ ਕਿੱਥੇ ਤਾਂ ਪਹਿਲਾਂ ਇੱਕ ਘਰ 'ਚ ਜਾ ਕੇ ਬਹਿਣਾ ਸੀ ਆਪਾਂ, ਹਨਾ, ਹੁਣ ਉੱਧਰ ਜਾਇਆ ਕਰਾਂਗੇ ਕਿ ਉੱਧਰ ਜਾਇਆ ਕਰਾਂਗੇ, ਹੋਰ ਫਰਕ ਤਾਂ ਪੈਂਦਾ। ਸਾਰੇ ਇਕੱਠੇ ਦੇਖਦੇ ਅਸੀਂ ਵੀ, ਹਾਂ ਵਿੱਚ ਬੈਂਦੇ ਸਾਰੇ ਇਕੱਠੇ ਗੱਲਾਂ ਬਾਤਾਂ ਕਰਦੇ। ਪੁੱਛਣਾ ਭਰਾਵਾ ਬੁੱਟਿਆ, ਮੈਂ ਵੀ ਇੱਕ ਗਾਣਾ ਇਹ ਸੁਣੀ ਜਾਂਦਾ ਸੀ ਕੱਲ, ਉਹ ਹੈ ਨਹੀਂ ਗਾ ਇੱਕ, ਉਹ ਦਿਨ ਨਹੀਂ ਆਉਣੇ ਮੁੜ ਕੇ ਜਦੋਂ ਬਹਿੰਦਾ ਸੀ ਟੱਬਰ ਜੁੜ ਕੇ। ਹਾਂ ਬਾਈ ਸਹੀ ਗੱਲ ਹੈ, ਉਹ ਦਿਨ ਕਿੱਥੇ ਮੁੜਨੇ ਨੇ ਭਰਾਵਾ। ਸਹੀ ਗੱਲ ਹੈ ਬਾਈ, ਮੈਂ ਵੀ ਪਹਿਲਾਂ ਗਾਗਰ ਨੂੰ ਕਹਿ ਕੇ ਹਟਿਆ, ਮੈਂ ਕਿਹਾ ਉਹ ਦਿਨ ਤਾਂ ਕਿੱਥੇ ਆਉਂਦੇ ਨੇਗੇ, ਮੈਂ ਪੁਰਾਣੇ ਘਰ 'ਚ, ਮੈਂ ਪਹਿਲਾਂ ਆਪਾਂ ਉੱਧਰ ਚੱਲਦੇ ਹਾਂ ਵੱਡੇ ਭਾਈ ਕੋਲੇ ਜੱਸੇ ਕੋਲੇ। ਹੋਰ ਵਧੀਆ ਕਰਿਆ, ਵਧੀਆ। ਹੋਰ ਮੈਂ ਕਿਹਾ ਯਾਦਾਂ ਜੁੜੀਆਂ ਹੋਈਆਂ ਨੇ ਉਹ ਘਰ ਨਾਲ ਕਿ ਨਹੀਂ? ਹੁੰਦਾ ਹੁੰਦਾ। ਹੋਰ ਐਂ ਦੱਸ ਬੁੱਟੇ, ਕੰਮ ਕਾਰ ਠੀਕ ਤੀ ਉੱਧਰ? ਹਾਂ ਬਾਈ ਕੰਮ ਕਾਰ ਉੱਧਰ ਵਧੀਆ ਠੀਕ ਹੈ, ਪਰਮਾਤਮਾ ਦੀ ਪੂਰੀ ਕਿਰਪਾ। ਹਾਂ ਬਸ ਇੱਧਰ ਆ ਕੇ ਇੰਡੀ ਮਾਂਜਾ ਖਰਾਬ ਹੋ ਗਿਆ, ਵੀ ਜੱਸਾ ਤੇ ਬਿੰਦਰ ਅੱਡ ਵੱਡ ਹੋ ਗਏ, ਉਹ ਤਾਂ ਫਿਰ ਹਾਲਾਤ ਹੀ ਇਹੋ ਜਿਹੇ ਬਣ ਗਏ ਸੀ ਨਾ ਕਰਦੇ। ਹਾਂ ਉਹ ਤਾਂ ਹੈ। ਚੱਲ ਕੋਈ ਨਾ ਬਾਈ, ਉਹ ਤਾਂ ਜਿਹੜਾ ਕੁਛ ਹੋਣਾ ਸੀ ਹੋ ਗਿਆ, ਰਿਸ਼ਤੇ ਦੂਰ ਰਹਿ ਕੇ ਵੀ ਨਹੀਂ ਵੀ ਜਾਣਾ, ਉਹ ਵੀ ਬਹੁਤ ਵਧੀਆ ਹੁੰਦਾ ਹੈ। ਮੈਂ ਤਾਂ ਬਾਈ ਸੋਨੀ ਦੋਨੇ ਭਰਾਵਾਂ ਨੂੰ ਇਹੀ ਸਲਾਹ ਦਿੰਦੀ ਹਾਂ ਵੀ ਆਪਸ 'ਚ ਵਧੀਆ ਬੋਲਵਾਣੀ ਰੱਖਿਆ ਕਰੋ। ਉਹ ਤਾਂ ਠੀਕ ਹੈ ਗਗਨਾ। ਮੈਂ ਤਾਂ ਭੈਣ ਹੋਰਾਂ ਨੂੰ ਵੀ ਇਹੀ ਕਹਿੰਦੀ ਹਾਂ ਵੀ ਆਪਸ 'ਚ ਬੋਲ ਚਾਲ ਰੱਖਿਓ। ਨਾ ਭੈਣੇ ਮੈਂ ਤਾਂ ਫਰਕ ਪਾ ਕੇ ਰਾਜੀ ਨਹੀਂ ਤੀ ਤੇਰੇ ਸਾਹਮਣੇ ਗਗਨਾ, ਉਹਦਾ ਹਿਸਾਬ ਕਿਤਾਬ ਕੁਛ ਹੋਰ ਤੀ, ਗੱਲ ਗੱਲ 'ਤੇ ਕਲੇਸ ਕਰਦੀ ਤੀ, ਗੱਲ ਗੱਲ 'ਤੇ ਬੈਸਣਾ, ਉਧਰ ਵਾਗੇ ਦੀ ਬਾਈ ਜੱਸੇ ਕਹਿਣੀ, ਮੈਂ ਚੱਲ ਵੱਡਾ ਭਰਾ ਹੈ ਉਧਰ ਜਾਂਦੇ ਪਹਿਲਾਂ ਤਾਂ। ਅੱਛਾ ਅੱਛਾ ਚੱਲ ਕੋਈ ਗੱਲ ਨੀ, ਹੋਰ ਸਭ ਠੀਕ ਠਾਕ ਸੀ? ਹਾਂ ਹਾਂ ਬਾਈ ਸਭ ਠੀਕ ਠਾਕ, ਵਧੀਆ। ਹੋਰ ਸੁਣਾ ਗਗਨ ਕਿਵੇਂ? ਹਾਂ ਵਧੀਆ ਭੈਣੇ ਠੀਕ ਠਾਕ। ਹਾਂ ਮਾੜਾ ਕੰਮ ਹੀ ਹੋਇਆ ਬਟਵਾਰੇ ਵਾਲਾ, ਚੱਲ ਜਿਹੜਾ ਕੁਛ ਹੋਣਾ ਸੀ ਹੋ ਗਿਆ ਭੈਣੇ, ਹੁਣ ਤੁਸੀਂ ਆਪਸ 'ਚ ਵਧੀਆ ਆਪਸ 'ਚ ਬੋਲਬਾਣੀ ਰੱਖਿਆ ਕਰੋ। ਮੈਂ ਉੱਧਰ ਭੈਣ ਨੂੰ ਵੀ ਕਹਿ ਕੇ ਆਈ ਹਾਂ ਵੀ ਰਾਹ ਕਿਹੜੇ ਇੱਕ ਦੂਜੀ ਨੂੰ ਤੁਸੀਂ ਬੁਲਾ ਲਿਆ ਕਰੋ। ਲੈ ਕਈਆਂ ਹੀ ਗੱਲਾਂ ਕਰਦੇ ਹਾਂ ਗਗਨ, ਮੈਨੂੰ ਤਾਂ ਉਹ ਵਿਆਹ ਵਰਗੀ ਲੱਗਦੀ ਹੈ, ਮੈਂ ਤੈਨੂੰ ਸੱਚੀ ਗੱਲ ਦੱਸਾਂ। ਨਾ ਨਾ ਭੈਣੇ ਐਂ ਨਹੀਂ ਕਹੀਦਾ ਹੁੰਦਾ, ਕੇਰਾਂ ਕੇਰਾਂ ਤਾਂ ਚੱਲ ਹੁੰਦਾ, ਮਨ 'ਚ ਗੁੱਸਾ ਹੁੰਦਾ ਆਪਸ 'ਚ, ਹੌਲੀ ਹੌਲੀ ਫਰਕ ਪੈ ਜਾਂਦਾ, ਹੌਲੀ ਹੌਲੀ ਠੀਕ ਹੋ ਜੂ ਸਾਰਾ ਕੁਛ। ਨਾ ਗਗਨ ਮੈਨੂੰ ਇਹ ਗੱਲ ਵਾਸਤੇ ਨਾ ਕਹੀਂਦੇ, ਠੀਕ ਹੈ? ਮੈਂ ਇੱਥੋਂ ਨਹੀਂ ਉਹਦੇ ਨਾਲ ਵਰਤਿਆ ਜਾਂਦਾ, ਮੈਨੂੰ ਨਹੀਂ ਉਹ ਚੰਗੀ ਲੱਗਦੀ। ਮੈਂ ਤੈਨੂੰ ਸਹੀ ਗੱਲ ਦੱਸਾਂ ਭੈਣੇ, ਮੈਂ ਤਾਂ ਉਹਨੂੰ ਮੱਥੇ ਲਾ ਕੇ ਖੁਸ਼ ਨਹੀਂ। ਦੂਜੀ ਗੱਲ ਬੁੱਟੇ ਬਾਈ, ਨਾਲੇ ਗਗਨ ਭੈਣੇ ਤੂੰ ਜਿੰਨਾ ਟਾਈਮ ਤੁਸੀਂ ਇੰਡੀਆ ਰਹਿਣਾ ਸਾਡੇ ਕੋਲ ਹੀ ਰਹਿਣਾ। ਉਹ ਤਾਂ ਕੋਈ ਗੱਲ ਨਹੀਂ ਭਾਬੀ, ਮੈਂ ਕਹਿੰਦਾ ਸੀ ਆ ਇੱਕ ਦਿਨ ਅਸੀਂ ਇੱਧਰ ਰਹਿ ਪਿਆ ਕਰਾਂਗੇ, ਇੱਕ ਦਿਨ ਅਸੀਂ ਉੱਧਰ ਰਹਿ ਪਿਆ ਕਰਾਂਗੇ, ਉਹਨਾਂ ਦੇ ਮਨ 'ਚ ਐਂ ਜੇ ਨਾ ਹੋਵੇ ਵੀ ਉੱਧਰ ਰਹਿ ਪੈਂਦੇ ਨੇ, ਫਰਕ ਜਿਹਾ ਸਾਨੂੰ ਤਾਂ ਤੁਸੀਂ ਦੋਵੇਂ ਇੱਕੋ ਜਿਹੇ ਹੋ।
ਨਾ ਕੋਈ ਗੱਲ ਨਹੀਂ ਉਹ ਤਾਂ ਲੈ ਦੱਸ ਇਹ ਕੀ ਗੱਲ ਹੋਈ ਬੁੱਟੇ ਨਾ ਭਾਈ ਇਹ ਤਾਂ ਕੋਈ ਗੱਲ ਨਾ ਹੋਈ ਨਾ ਨਾ ਭਾਬੀ ਕੀ ਕਿਤੇ ਨਾ ਰਹਿ ਪਿਆ ਕਰਾਂਗੇ ਅਸੀਂ ਦੋਨੇ ਪਾਸੇ ਮੰਨੀ ਦਾ ਹੁੰਦਾ ਐ ਨਾ ਕਰੋ ਤਾਂ ਰਹਿ ਪਿਆ ਕਰਨਗੇ ਐ ਕੀ ਹੁੰਦਾ ਹੋਰ ਬਿੰਦਰਾ ਕਿਉਂ ਬੰਤੀਆਂ ਕੱਟੀਆਂ ਹਾਂ ਬੰਤੀਆਂ ਕੱਟੀਆਂ ਮੇਰੀ ਗੱਲ ਸੁਣੋ ਮੈਂ ਤਾਂ ਸੁਣੋ ਐਂ ਕਹਿ ਤੁਸੀਂ ਐਂ ਨਹੀਂ ਕੰਮ ਚੱਲਣਾ ਆਹ ਕੋਈ ਗੱਲ ਹੋਈ ਇੱਕ ਦਿਨ ਇੱਧਰ ਇੱਕ ਦਿਨ ਉੱਧਰ ਆਪਾਂ ਬੁੱਟੇ ਹੋਰਾਂ ਨੂੰ ਆਪਦੇ ਕੇ ਨਹੀਂ ਕਰਨਾ ਉਹੀ ਤਾਂ ਮੈਂ ਸੋਚਦਾ ਯਾਰ ਚੱਲ ਮੈਂ ਤਾਂ ਐਂ ਕਹਿੰਦਾ ਸੀ ਬੂਟਾ ਮੈਨੂੰ ਗੱਲ ਦੱਸਦਾ ਸੀ ਕਹਿੰਦਾ ਵੀ ਮੈਂ ਜਿਹੜੀ ਜ਼ਮੀਨ ਹੈਗੀ ਉਹ ਤੁਹਾਡੇ ਨਾਲ ਲਵਾ ਜਾਂਦਾ ਕਹਿੰਦਾ ਉਹਨੇ ਭਾਈ 1.5 ਕਿੱਲਾ ਉੱਧਰ ਕੰਮ ਕਾਰ ਕਹਿੰਦਾ ਮੇਰਾ ਪੂਰਾ ਵਧੀਆ ਸੈੱਟ ਹੈ ਕਹਿੰਦਾ ਅੱਛਾ ਸਹੁੰ ਖਾ ਮੇਰੀ ਲੈ ਸਹੁੰ ਤੇਰੀ ਮੈਂ ਝੂਠ ਥੋੜੀ ਬੋਲਦਾ ਲੈ ਕਹਿੰਦਾ ਸੀ ਮੇਰੇ ਗੱਲ ਕਰਦਾ ਸੀ ਫਿਰ ਮੇਰੀ ਗੱਲ ਸੁਣ ਪੱਕਾ ਆਪਾਂ ਇਹਨਾਂ ਨੂੰ ਆਪਦੇ ਕਣੀ ਕਰ ਦਿਆਂਗੇ ਆਪਾਂ ਹੀ ਲੈਣੇ ਨੇ 3 ਦੇ 3 ਕਿੱਲੇ ਉਹਨਾਂ ਨੂੰ ਆਪਾਂ ਕਿਉਂ ਜਾਣ ਦਈਏ ਇਹੀ ਮੈਂ ਸੋਚਦਾ ਯਾਰ ਕਿਸੇ ਲੋੜ ਕੋਈ ਐਵੇਂ ਜਿਹੀ ਸਕੀਮ ਖੇਡਦੀ ਆ ਮੈਂ ਖੇਡੂ ਤੂੰ ਮੇਰੇ ਤੇ ਛੱਡ ਦੇ ਚੱਲ ਹਾਂ ਕਰ ਲਈ ਮੈਂ ਗਗਨ ਨੂੰ ਕਰਦੀ ਹਾਂ ਆਪਦੇ ਬਣੀ ਪਹਿਲਾਂ ਉਹਦੇ ਨਾਲ ਕਰਦੀ ਹਾਂ ਗੱਲਬਾਤ ਚੱਲ ਕਰ ਲੈ ਬਸ ਤੂੰ ਮੇਰੇ ਤੇ ਛੱਡ ਦੇ ਮੈਂ ਕਰੂੰ ਇਹ ਤਾਂ ਮਨ ਤਾਂ ਲੱਗਦਾ ਹੋ ਜੂ ਯਾਰ ਆਪਣੀ ਸਕੀਮ ਗਾਂ ਹੋ ਜੂ ਹੋਣ ਨੂੰ ਕੀ ਆਪਾਂ 3 ਦੇ 3 ਕਿੱਲੇ ਰੱਖਾਂਗੇ ਉਹਨਾਂ ਨੂੰ ਕਿਉਂ ਜਾਣ ਦਈਏ ਪੱਦ ਦੇਖ ਲੈ ਚੱਲ ਲਾ ਲਾ ਸਕੀਮ ਮੈਂ ਤਾਂ ਅੱਡ ਹੋ ਕੇ ਕਾਹਨੂੰ ਰਾਜੀ ਸੀ ਗਗਨ ਅਸਲ ਜੋ ਗੱਲ ਪਤਾ ਕੀ ਹੈ ਮੈਨੂੰ ਤੇ ਤੇਰੇ ਬਾਈ ਨੂੰ ਨਾ ਇਹਨਾਂ ਦੀ ਇੱਕ ਗੱਲ ਰੜਕਦੀ ਸੀ ਬਸ ਅੱਛਾ ਕਿਹੜੀ ਗੱਲ ਇਹ ਪਤਾ ਕਿਹੜੀ ਗੱਲ ਤੇ ਕਿਚ-ਕਿਚ ਕਰਦੇ ਸੀ ਇਹ ਸਾਨੂੰ ਐਂ ਕਹਿੰਦੇ ਸੀ ਕਹਿੰਦੇ ਬੁੱਟੇ ਨੂੰ ਚਾਹੀਦਾ ਵੀ ਆਪਦੀ ਜ਼ਮੀਨ ਸਾਡੇ ਨੂੰ ਕਰਾਵੇ ਵੀ ਜਦੋਂ ਹੁਣ ਉਹ ਪੈਸੇ ਸਾਂਝੇ ਘਰ ਚੋਂ ਲਾ ਕੇ ਗਏ ਸੀ ਅਸੀਂ ਕਹਿੰਦੇ ਸੀ ਵੀ ਚੱਲ ਕੋਈ ਨਾ ਫੇਰ ਕੀ ਹੋ ਗਿਆ ਜੇ ਲਾ ਕੇ ਗਏ ਨੇ ਤਾਂ ਕੀ ਉਹਨਾਂ ਦਾ ਕਿਹੜਾ ਹਿੱਸਾ ਨਹੀਂ ਸੀ ਅੱਛਾ ਇਹ ਸਾਡੀ ਜ਼ਮੀਨ ਦੇ ਰੌਲੇ ਕਰਕੇ ਹੋਇਆ ਸਾਰਾ ਕੁਛ ਲੈ ਹੋਰ ਭੈਣੇ ਇਹ ਤਾਂ ਕਿੱਦਾਂ ਦੇ ਸਕੀਮਾਂ ਘੜੀ ਜਾਂਦੇ ਨੇ ਕਦੇ ਕਹਿੰਦੇ ਬੁੱਟੇ ਜ਼ਮੀਨ ਤੇ ਕਬਜ਼ਾ ਕਰ ਲੈਣੇ ਕਦੇ ਕੁਛ ਜੇ ਬੋ ਆਹੀ ਰੌਲਾ ਸੀ ਸਾਰਾ ਤਾਂ ਹੀ ਅੱਡ ਹੋਣਾ ਪੈ ਗਿਆ ਸਾਨੂੰ ਫਿਰ ਮੈਨੂੰ ਤਾਂ ਅਸਲ ਗੱਲ ਦਾ ਪਤਾ ਹੀ ਹੋਣ ਲੱਗਿਆ ਹਾਂ ਭੈਣੇ ਗੱਲ ਅਸਲ ਆ ਸੀ ਹੁਣ ਤਾਂ ਚਾਹੇ ਕੁਛ ਮਰਜ਼ੀ ਬਹਾਨੇ ਬਣਾਈ ਜਾਣ ਇਹ ਅੱਛਾ ਅੱਛਾ ਹੋਰ ਮੈਨੂੰ ਤਾਂ ਯਾਰ ਗਗਨ ਨੇ ਜਦੋਂ ਆਹ ਗੱਲ ਦੱਸੀ ਮੈਂ ਤਾਂ ਹੈਰਾਨ ਹੀ ਰਹਿ ਗਿਆ ਯਾਰ ਗੱਲ ਸੁਣ ਕੇ ਪੱਕੀ ਗੱਲ ਇਹ ਹਾਂ ਬਾਈ ਮੈਂ ਤਾਂ ਸ਼ਰਮ ਦੇ ਮਾਰੇ ਨਹੀਂ ਤੈਨੂੰ ਗੱਲ ਦੱਸੀ ਹੈਗੀ ਵੀ ਤੂੰ ਕਹੇਗਾ ਸਾਡਾ ਭਾਈ ਇਹੋ ਜਿਹਾ ਇਹ ਤਾਂ 100-100 ਗੱਲਾਂ ਕਹਿੰਦੇ ਸੀਗੇ ਅੱਛਾ ਐਂ ਵੀ ਕਹਿੰਦੇ ਕਹਿੰਦੇ ਕਬਜ਼ਾ ਕਰ ਲੈਂਦੇ ਹੈ ਹਾਂ ਹੋਰ ਹੁਣ ਕਹਿੰਦਾ ਸੀ ਉਹ ਤਾਂ ਚੱਲ ਬਾਹਰ ਆ ਕਹਿੰਦਾ ਉਹ ਤਾਂ ਕੰਮ ਕਾਰ ਸੈੱਟ ਹੈ ਆਪਾਂ ਜ਼ਮੀਨ ਦੱਬ ਲੈਂਦੇ ਕਹਿੰਦਾ ਉਹਦੀ ਉਹਨੇ ਕਿਹੜਾ ਉਰੇ ਆਉਣਾ ਗਾ ਕਹਿੰਦਾ ਹੋਰ ਬਾਈ ਸੁਖਪਾਲ ਵੀ ਮੈਨੂੰ ਐਂ ਕਹਿੰਦੀ ਸੀ ਕਹਿੰਦੀ ਲੈ ਠੇਕੇ ਤੇ ਆਪਾਂ ਨੂੰ ਨਹੀਂ ਦਿੰਦਾ ਹੋਰ ਨੂੰ ਦੇ ਜਾਂਦਾ ਲੈ ਮੈਂ ਕਿਉਂ ਦੇਵਾਂ ਠੇਕੇ ਤੇ ਜਦੋਂ ਮੈਨੂੰ ਪੂਰਾ ਠੇਕੇ ਨਹੀਂ ਦਿੰਦੇ ਜਦੋਂ ਉੱਧਰ ਮੈਂ ਸੈੱਟ ਨਹੀਂ ਤੇ ਉਦੋਂ ਕਿਹੜਾ ਮੈਨੂੰ ਪੂਰਾ ਠੇਕਾ ਦਿੰਦੇ ਤੇ ਚੱਲ ਹੁਣ ਤਾਂ ਮੈਂ ਸੈੱਟ ਹਾਂ ਉੱਥੇ ਹੋਰ ਇਹੋ ਜਿਹਾ ਕੁਛ ਹੁੰਦਾ ਸੀ ਰੋਜ਼ ਕਿਚ ਕਿਚ ਹੁੰਦੀ ਸੀ ਤਾਂ ਹੀ ਅਸੀਂ ਅੱਡ ਹੋਇਆ ਭਰਾਵਾ ਹੋਰ ਸਾਡਾ ਰੌਲਾ ਕਾਹਦਾ ਸੀ ਮੈਂ ਕਿਹਾ ਆਪਾਂ ਕਿਉਂ ਛੋਟੇ ਭਾਈ ਨਾਲ ਧੱਕਾ ਕਰੀਏ ਇਸ ਗੱਲ ਦੇ ਤਾਂ ਮੈਂ ਖਿਲਾਫ ਸੀ ਬਾਈ ਹੋਰ ਬਾਈ ਅਸੀਂ ਕਿਹਾ ਵੀ ਅਸੀਂ ਕਿਉਂ ਧੱਕਾ ਕਰੀਏ ਤੁਹਾਡੇ ਨਾਲ ਬਾਕੀ ਗੱਲ ਮਾਮੀ ਨੂੰ ਸਾਰੀ ਗੱਲ ਦਾ ਪਤਾ ਹੈ ਮਾਮੀ ਫੈਸਲਾ ਕਰਾ ਕੇ ਗਈ ਹੈ ਸਾਡਾ ਅੱਛਾ ਮਾਮੀ ਨੂੰ ਪਤਾ ਹਾਂ ਜੀ ਤੁਸੀਂ ਕਹੋ ਅਸੀਂ ਭਾਈ ਮੂੰਹ ਤੇ ਸਦਾ ਲੈਣੇ ਹਾਂ ਨਾ ਨਾ ਮੂੰਹ ਤੇ ਕਾਦੇ ਬਾਤ ਸੱਦਣਾ ਹੈ ਕਿ ਸਾਨੂੰ ਵਿਸ਼ਵਾਸ ਨਹੀਂ ਤੁਹਾਡੇ ਤੇ ਨਾ ਮੈਂ ਤਾਂ ਸੱਦ ਲੂੰ ਮੂੰਹ ਤੇ ਕਰਾ ਦੂੰ ਮੈਂ ਤਾਂ ਲੈ ਦੇਖ ਲੈ ਯਾਰ ਕਹੇ ਜੇ ਮਾੜੇ ਬੰਦੇ ਨਿਕਲੇ ਜਿੱਸੇ ਹੋ ਰਹੀ ਹੈ ਹੋਰ ਮੈਂ ਤਾਂ ਆਪ ਹੈਰਾਨ ਹੋ ਗਈ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਮੇਰੇ ਤਾਂ ਇੰਨਾਂ ਦੀਆਂ ਗੱਲਾਂ ਸੁਣ ਕੇ ਉਸ ਤਾਂ ਸੋਚੀ ਨਹੀਂ ਸੀ ਯਾਰ ਕੋਈ ਇਹੋ ਜੀ ਗੱਲ ਉਸ ਤਾਂ ਕਹਿੰਦੀ ਵੱਡਾ ਭਾਈ ਹੈ ਲੈ ਪੁੱਛਣਾ ਬਾਈ ਤਾਂ ਹੀ ਅਸੀਂ ਅੱਡੋ ਯਾਰ ਨਹੀਂ ਸਾਨੂੰ ਕੀ ਲੋੜ ਸੀ ਅੱਡੋ ਹੋਣ ਦੀ ਸਾਡਾ ਕੋਈ ਵੱਟ ਦਰਵਾਜ਼ਾ ਸੀਗਾ ਹਾਂ ਹੱਦ ਹੋ ਗਈ ਯਾਰ ਇਹਨਾਂ ਦੀ ਥੱਲੇ ਬਾਲਾ ਜ਼ਿਆਦੇ ਖੋਟ ਹੈ ਉਹਦੀ ਨੀਤ 'ਚ ਬਸ ਬੁੱਟੇ ਬਾਈ ਸਾਡੀ ਤਾਂ ਹੱਥ ਬੰਨ ਕੇ ਆਹੀ ਬੇਨਤੀ ਹੈ ਸੋਨੂੰ ਵੀ ਕਿਤੇ ਉਹਨਾਂ ਨਾਲ ਜਾ ਕੇ ਕਲੇਸ਼ ਨਾ ਕਰ ਲਿਓ ਵੀ ਉਹ ਸਾਨੂੰ ਐਂ ਕਹਿੰਦੇ ਸੀ ਅਸੀਂ ਤਾਂ ਬਾਈ ਕਲੇਸ਼ ਤੋਂ ਡਰਦੇ ਹਾਂ ਕਿਤੇ ਤੂੰ ਜੱਸੇ ਨੂੰ ਜਾ ਕੇ ਕਹਿ ਦੇ ਵੀ ਤੂੰ ਐਂ ਕਹਿੰਦਾ ਸੀ ਐਂ ਕਹਿੰਦਾ ਸੀ ਨਾ ਨਾ ਭਾਬੀ ਮੈਂ ਤਾਂ ਕਾਦੇ ਵਾਸਤੇ ਕਲੇਸ਼ ਪਾਉਣਾ ਨਾਲੇ ਮੈਂ ਤਾਂ ਜਾਣਾ ਬਾਹਰ ਦੁਬਾਰੇ ਮੈਂ ਕੋਈ ਕਲੇਸ਼ ਪਾਉਂਗਾ ਲੋੜ ਹੀ ਨਹੀਂ ਆਪਾਂ ਨੂੰ ਲੋੜ ਹੀ ਨਹੀਂ ਹੈਗੀ ਬਾਈ ਹੋਰ ਤਾਂ ਬਾਹਰ ਜਾਣਾ ਐਵੇਂ ਕਹੋ ਝਮੇਲੇ ਚਾਹੇ ਨਾ ਨਾ ਲੋੜ ਹੀ ਨਹੀਂ ਆਪਾਂ ਤਾਂ ਹੀ ਅਸੀਂ ਡਰਦੇ ਮਾਰੇ ਅਸੀਂ ਅੱਡ ਹੋਏ ਆਂ ਬਾਈ ਹੋਰ ਪੁੱਤੇ ਇਸੇ ਗੱਲ ਦਾ ਤਾਂ ਰੌਲਾ ਸੀ ਇਹੀ ਗੱਲ ਦੀ ਕਿਚ ਕਿਚ ਕਰਦੇ ਤੇ ਦੋਨੇ ਇਹ ਮੈਨੂੰ ਦੱਸਦੀ ਹੁੰਦੀ ਪੰਮੀ ਫੋਨ ਤੇ ਵੀ ਐਂ ਕਹਿੰਦੇ ਨੇ ਐਂ ਬੋਲਦੇ ਨੇ ਉਹ
ਅੱਛਾ ਇਹ ਗੱਲ ਦਾ ਰੌਲਾ ਸੀ ਤਾਂ ਹੀ ਅੱਡ ਹੋਏ ਨੇ ਹੋਰ ਤਾਂ ਹੀ ਅੱਡ ਹੋਏ ਨੇ ਕਮਾਲ ਹੈ ਉਹਨਾਂ ਨੇ ਯਾਰ ਇਹ ਵਿਚਾਰੇ ਸੋਡਾ ਪੱਖ ਕਰਦੇ ਤੇ ਨੇ ਦੇਖ ਲੈ ਆਪਾਂ ਤਾਂ ਉਹਨਾਂ ਦੀ ਕਿੰਨੀ ਇੱਜ਼ਤ ਕਰਦੇ ਸੀ ਵੀ ਸਾਡੇ ਵੱਡੇ ਭਾਈ ਭਰਜਾਈ ਨੇ ਆਪਾਂ ਨੂੰ ਤਾਂ ਪਤਾ ਹੀ ਨਹੀਂ ਸੀ ਉਹ ਇਹੋ ਜਿਹੇ ਨਿਕਲਣਗੇ ਇੰਨਾ ਘਟੀਆ ਸੋਚਣਗੇ ਆਪਣੇ ਬਾਰੇ ਦੇਖ ਲੈ ਕੀ ਗੱਲਾਂ ਬਣਾਈ ਬੈਠੇ ਨੇ ਮਨ 'ਚ ਯਾਰ ਉਹੀ ਤਾਂ ਗੱਲ ਹੈ ਪੁੱਤ ਆਪਾਂ ਨੂੰ ਕੀ ਪਤਾ ਲੱਗਦਾ ਅਗਲੇ ਦੇ ਮਨ ਦਾ ਹੁਣ ਮੇਰੀ ਗੱਲ ਸੁਣ ਗਗਨ ਪੁੱਤ ਮੈਂ ਦੇਖ ਤੁਹਾਨੂੰ ਸੱਚ ਦੱਸਤਾ ਹੁਣ ਕਿਸੇ ਗੱਲ 'ਚ ਮੇਰਾ ਨਾਂ ਨਾ ਲਈਓ ਤੀ ਬਣ ਕੇ ਚੰਗਾ ਮੈਨੂੰ ਤਾਂ ਪੁੱਤ ਪੰਮੀ ਨੇ ਸੱਚ ਦੱਸਣ ਨੂੰ ਆਖਿਆ ਤੀ ਸੱਚ ਦੱਸਣ ਦਾ ਫਰਜ਼ ਬਣਦਾ ਤੀ ਮੇਰਾ ਪਰ ਆਹ ਗੱਲ ਨਾ ਹੋਵੇ ਪੁੱਤੋ ਵੀ ਕੱਲ ਨੂੰ ਮੈਨੂੰ ਰੌਲੇ ਚ ਕੜੀਸੀ ਫਿਰੋ ਤੁਸੀਂ ਨਾ ਨਾ ਮਾਮੀ ਕਾਹਨੂੰ ਕੜੀਸਦੇ ਹਾਂ ਅਸੀਂ ਗੱਲ ਹੀ ਨਹੀਂ ਛੇੜਦੇ ਨਾ ਹੀ ਅਸੀਂ ਰੌਲਾ ਪਾਈਏ ਸਾਨੂੰ ਤਾਂ ਪਤਾ ਨਹੀਂ ਸੀ ਉਹਨਾਂ ਦੇ ਮਨ 'ਚ ਆਹ ਗੱਲਾਂ ਨੇਗੀਆਂ ਆਪਾਂ ਨੂੰ ਕੀ ਲੋੜਾ ਰੌਲਾ ਪਾਉਣ ਦੀ ਕਿ ਨਹੀਂ ਬਸ ਪਤਾ ਲੱਗ ਗਿਆ ਵੀ ਉਹਨਾਂ ਦੇ ਮਨ 'ਚ ਕਿੰਨਾ ਪਾਪ ਤੀ ਹਾਂ ਸਹੀ ਗੱਲ ਹੈ ਪੁੱਤ ਮਾਮੀ ਐਤਕੀ ਤਾਂ ਮੈਂ ਸੋਚੀ ਜਾਂਦੀ ਸੀ ਮਹਾਂ ਮੈਂ ਮਾਮੀ ਨੂੰ ਨਾ ਐਤਕੀ ਘੱਟੋ ਘੱਟ 2-3 ਹਜ਼ਾਰ ਦਾ ਵਧੀਆ ਸੂਟ ਬਣਾ ਕੇ ਦੇਵਾਂਗੀ ਅੱਛਾ ਹੋਰ ਮਾਮੀ ਮੈਂ ਕਰੂੰਗੀ ਮੈਂ ਨਾ ਉੱਥੇ ਆਊਂਗੀ ਤੇਰੇ ਕੋਲ ਪਿੰਡ ਫਿਰ ਆਪਾਂ ਬਠਿੰਡੇ ਵਗ ਜਾਂਗੀਆਂ ਉੱਥੇ ਵਧੀਆ ਸੂਟ ਬਣਾ ਲਈ ਤੂੰ ਜਿਹੜਾ ਤੇਰਾ ਜੀ ਕਰੇ ਕੋਈ ਗੱਲ ਨਹੀਂ ਪੁੱਤ ਆ ਜੀ ਜਦੋਂ ਤੇਰੀ ਮਰਜ਼ੀ ਹੋਰ ਮੈਂ ਕਿਹੜਾ ਕਿਸੇ ਬਗਾਨੇ ਨੂੰ ਦੇਣਾ ਆਪਦੀ ਮਾਂ ਨੂੰ ਹੀ ਦੇਣਾ ਵਗ ਚੱਲਾਂਗੇ ਜੀ ਆਇਆਂ ਨੂੰ ਜਦੋਂ ਤੇਰਾ ਜੀ ਕਰਿਆ ਉਦੋਂ ਆਈ ਨਾ ਮੈਂ ਆਊਂਗੀ ਮਾਮੀ ਚੱਲ ਚੰਗਾ ਪੁੱਤ ਇਹ ਬੂਟੇ ਹੋਰੀ ਸੁਪਾਲ ਆਏ ਨਹੀਂ ਹੈਗੇ ਯਾਰ 2-3 ਦਿਨ ਹੋ ਗਏ ਆਪਾਂ ਨੇ ਕਣੀ ਹਾਂ ਮੈਂ ਵੀ ਇਹੀ ਸੋਚੀ ਜਾਂਦੀ ਤੀ ਚਲ ਕੋਈ ਕੰਮ ਕੁੰਮ ਹੋ ਗਿਆ ਹੋਊਗਾ ਪਾਸੇ ਆਸੇ ਨਾ ਵਗੇ ਹੁਣ ਪਾਸੇ ਆਸੇ ਜਾਂਦੇ ਯਾਰ ਦੱਸ ਕੇ ਜਾਂਦੇ ਆਪਾਂ ਨੂੰ ਫੋਨ ਤਾਂ ਕਰਦੇ ਮੈਂ ਫੋਨ ਕਰਿਆ ਤੀ ਬਤਿੰਦਰ ਨੇ ਫੋਨ ਵੀ ਨਹੀਂ ਚੱਕਿਆ ਬੂਟੇ ਨੇ ਅੱਛਾ ਹਾਂ ਤੁਹਾਡਾ ਫੋਨ ਚੱਕਿਆ ਨਹੀਂ ਨਾ ਕਿਤੇ ਪੰਮੀ ਵਰਗੀ ਨਾ ਉਂਗਲਾਂ ਲਾਤੀਆਂ ਹੁਣ ਕੀ ਪਤਾ ਹੈ ਨਾ ਉਹਨਾਂ ਨੇ ਤਾਂ ਕੀ ਉਂਗਲਾਂ ਲਾਉਣੀਆਂ ਨੇ ਚੱਲ ਫਿਰ ਲੱਗ ਜੂ ਪਤਾ ਜਾਂ ਫਿਰ ਕਿਸੇ ਕੰਮ ਕੁੰਮ ਚ ਰੁੱਝੇ ਹੋਣਗੇ ਬਹੁਤ ਵਧੀਆ ਸਕੀਮ ਖੇਡੀ ਤੂੰ ਪੂਰੀ ਵਧੀਆ ਗੇਮ ਖੇਡੀ ਹੈ ਕਿਉਂ ਮੰਨਦਾ ਮੈਨੂੰ ਜਿਹੜੀਆਂ ਗੱਲਾਂ ਆਪਾਂ ਚਾਹੁੰਦੇ ਸੀ ਮੈਂ ਸਾਰੀਆਂ ਉਹਨਾਂ ਤੇ ਡੇਗਤੀਆਂ ਹਾਂ 1-2 ਵਾਰੀ ਆਪੇ ਗਿਆ ਸੀ ਦੱਸਿਓ ਉਹਨਾਂ ਨੂੰ ਵੀ ਬੂਟੇ ਨੂੰ ਜ਼ਮੀਨ ਆਪਾਂ ਨੂੰ ਦੇਣੀ ਚਾਹੀਦੀ ਹੈ ਜੋ ਸਾਂਝੇ ਘਰ ਚੋਂ ਪੈਸੇ ਲਾ ਕੇ ਗਿਆ ਉਹ ਹੋਰ ਹੁਣ ਉਹਨਾਂ ਨੇ ਥੋੜਾ ਕਦੇ ਕਹੀ ਸੀ ਕੋਈ ਗੱਲ ਅੱਛਾ ਕਬਜ਼ਾ ਕਰਨ ਵਾਲੀ ਗੱਲ ਵੀ ਆਪਾਂ ਹੀ ਕਹੀ ਸੀ ਹਾਂ ਸਾਰੀਆਂ ਉਹਨਾਂ ਤੇ ਲਾਤੀਆਂ ਸਮਕਾ ਦੀ ਹੋਰ ਹੁਣ ਬਹੁਤ ਵਧੀਆ ਗੇਮ ਖੇਡੀ ਤੂੰ ਮੰਨ ਗਿਆ ਮੈਂ ਉਹੀ ਸਮਝਦਾ ਸੀ ਮੈਨੂੰ ਨਾ ਨਾ ਬੂਟੇ ਬੂਟੇ ਕਮਾਲ ਹੈ ਯਾਰ ਹੈਂ ਇਹ ਬੋਲਿਆ ਕਿ ਨਹੀਂ ਨਾਲੇ ਦੇਖ ਲਿਆ ਮੈਨੂੰ ਚੰਗੀ ਤਰ੍ਹਾਂ ਅੱਛਾ ਬੁਲਾਏ ਤੂੰ ਵੀ ਨਹੀਂ ਖੜਿਆ ਫਿਰ ਤਾਂ ਆਪਣੇ ਖਿਲਾਫ ਪੱਕਾ ਹੀ ਉਂਗਲ ਆਈ ਹੋਣੀ ਬੂਟੇ ਨੂੰ ਕੋਈ ਮੈਨੂੰ ਪਤਾ ਹੈ ਪੰਮੀ ਇਹੀ ਜਿਹੀ ਹੈ ਮੈਂ ਤਾਂ ਐਂ ਕਹਿੰਦਾ ਯਾਰ ਸਮਝ ਨਹੀਂ ਆਉਂਦੀ ਇਹੋ ਜਿਹਾ ਕੀ ਕਹੇ ਤਾਂ ਆਪਣੇ ਬਾਰੇ ਹੈਂ ਕੀ ਪਤਾ ਹੁਣ ਕੀ ਕਹਿੰਦਾ ਇਹ ਤਾਂ ਫਿਰ ਬੂਟਾ ਹੀ ਦੱਸ ਸਕਦਾ ਜਾਂ ਫਿਰ ਗਗਨ ਦੱਸ ਸਕਦੀ ਹੈ ਜੇ ਆਪਾਂ ਨੂੰ ਟੱਕਰ ਨਾ ਫੇਰ ਹੀ ਕੋਈ ਗੱਲ ਦਾ ਪਤਾ ਲੱਗੇ ਉਧਰ ਆਪਾਂ ਜਾ ਨਹੀਂ ਸਕਦੇ ਹੈਗੇ ਮੇਰਾ ਤਾਂ ਫੋਨ ਵੀ ਨਹੀਂ ਚੱਕਦਾ ਯਾਰ ਪਤੰਦਰ ਬੂਟਾ ਮੇਰਾ ਕਿਹੜਾ ਚੱਕਦੀ ਹੈ ਗਗਨ ਮੇਰਾ ਵੀ ਨਹੀਂ ਚੱਕਦੀ ਕਿੰਨੇ ਵਾਰੀ ਕਰਕੇ ਦੇਖ ਲਿਆ ਮੈਂ ਫੋਨ ਹੀ ਨਹੀਂ ਚੱਕਦੀ ਰਿੰਗਾਂ ਵੱਜੀ ਜਾਂਦੀਆਂ ਨੇ ਆ ਤਾਂ ਤੁਸੀਂ ਮੈਨੂੰ ਨਵੀਂ ਗੱਲ ਹੀ ਦੱਸਤੀ ਹੁਣ ਆਖੇ ਬੂਟਾ ਬੋਲ ਮਾਰੇ ਤੂੰ ਵੀ ਨਹੀਂ ਖੜਿਆ ਕਮਾਲ ਹੋ ਗਈ ਯਾਰ ਮੈਂ ਤਾਂ ਐਂ ਕਹਿਣਾ ਵੀ ਬਿੰਦਰ ਤੇ ਪੰਮੀ ਐਡਾ ਮਾੜਾ ਕਰਨ ਤੇ ਤੁਲ ਪਏ ਆਪਣਾ ਉਹ ਤਾਂ ਹੁਣ ਆਪਾਂ ਨੂੰ ਪਤਾ ਹੀ ਹੈ ਬਿੰਦਰ ਤਾਂ ਪਹਿਲੇ ਦਿਨ ਹੀ ਪੰਮੀ ਮੰਗਰ ਲੱਗਦਾ ਹੈ ਸੁਪਾਲ ਗੱਲ ਤਾਂ ਉਹੀ ਹੋਈ ਜਿਹੜੀ ਤੂੰ ਕਹਿੰਦੀ ਭੂਆ ਕੋਲ ਜਾ ਕੇ ਆਏ ਨੇ ਇਹ ਬੂਟਾ ਤੇ ਗਗਨ ਮੈਨੂੰ ਭੂਆ ਦਾ ਫੋਨ ਆਇਆ ਸੀ ਪੰਮੀ ਦੇ ਤੇ ਬਿੰਦਰ ਨੇ ਬਹੁਤ ਵੱਡੀ ਚਾਲ ਖੇਡੀ ਹੈ ਯਾਰ ਆਪਣੇ ਨਾਲ ਅੱਛਾ ਕਿਹੜੀ ਚਾਲ ਆ ਜਾ ਮੈਂ ਤੈਨੂੰ ਦੱਸਦਾ ਇੱਥੇ ਆ ਮੰਜੇ ਤੇ ਆ
ਬੂ ਮੈਂ ਮਰ ਜਾ ਜਿਹੜੀਆਂ ਗੱਲਾਂ ਆਪ ਕਰਦੇ ਹੁੰਦੇ ਤੇ ਉਹ ਆਪਣੇ ਸਿਰ ਹੀ ਲਾਤੀਆਂ ਸਾਰੀਆਂ। ਹਾਂ ਹਾਏ ਹਾਏ ਦੇਖ ਲੈ ਕੀ ਕੀ ਬਣਾ ਕੇ ਦੱਸਤਾ ਇਹਨੇ, ਮੈਂ ਤਾਂ ਕਦੇ ਸੁਪਨੇ ਚ ਵੀ ਨਹੀਂ ਸੋਚਿਆ ਸੀ ਵੀ ਇਹੀ ਜੀ ਕਰਨਗੇ ਇਹ ਆਪਣੇ ਨਾਲ। ਹੋਰ ਮੇਰੇ ਤਾਂ ਪੈਰਾਂ ਥੱਲੋਂ ਜਮੀਨ ਨਿਕਲ ਗਈ ਭੂਆ ਦੀ ਗੱਲ ਸੁਣ ਕੇ। ਭੂਆ ਕਹਿੰਦੀ ਆਹ ਕੁਛ ਦੱਸ ਕੇ ਗਏ ਨੇ ਮੈਨੂੰ, ਭੂਆ ਮੈਨੂੰ ਪੁੱਛੇ ਅਖੇ ਜਿਸੇ ਸੱਚੀ ਗੱਲ ਹੈ ਇਹ ਵੀ ਐਂ ਸੋਡਾ ਰੌਲਾ ਪਿਆ ਅੱਡ ਵਡਾਈਏ ਦਾ ਬੂਟੇ ਦੀ ਜ਼ਮੀਨ ਪਿੱਛੇ। ਉਹ ਮੈਂ ਕਿਹਾ ਲੈਣਾ ਨਾ ਦੇਣਾ ਭੂਆ, ਗੱਲ ਹੀ ਇਹ ਕਹਿੰਦੇ ਸੀ ਕਿ ਸਾਰੀ ਅਖੇ ਬੂਟਾ ਬਾਹਰ ਗਿਆ ਇੰਨੇ ਪੈਸੇ ਲਾ ਕੇ ਅਖੇ ਆਪਾਂ ਨੂੰ ਜ਼ਮੀਨ ਦੇਵੇ ਉਹ, ਜਾਂ ਕਿ ਆਪਾਂ ਦੱਬ ਲੈਂਦੇ ਹਾਂ। ਮੈਂ ਕਬਜ਼ਾ ਕਰਨ ਦੀਆਂ ਤਾਂ ਗੱਲਾਂ ਇਹ ਕਰਦੇ ਸੀਗੇ। ਹਾਂ ਹਾਂ ਜਿਹੜੀਆਂ ਗੱਲਾਂ ਆਪ ਘੜਦੇ ਮਰਦੇ ਤੇ ਸੋਚਦੇ ਤੇ ਸਾਰੀਆਂ ਆਪਣੇ 'ਚ ਡਿੱਗਤੀਆਂ, ਦੇਖ ਲੈ ਐਡੀ ਘਟੀਆ ਸੋਚ ਇਹਨਾਂ ਦੀ। ਬਹੁਤ ਮਾੜਾ ਕੰਮ ਕਰਿਆ ਯਾਰ ਇਹਨਾਂ ਨੇ, ਮਾੜੇ ਵਰਗੀ ਮਾੜੀ ਬਹੁਤ ਮਾੜੀ ਕਰੀ ਆਪਣੇ ਨਾਲ। ਇਹ ਐਂ ਵੀ ਕਹਿੰਦੇ ਸੀਗੇ ਬੂਟੇ ਹੋਰੀ ਕਿ ਇਹਨਾਂ 'ਤੇ ਤਾਂ ਸਾਨੂੰ ਨਾ ਯਕੀਨ ਆਉਂਦਾ ਬਿੰਦਰ ਹੋਰਾਂ 'ਤੇ, ਸਾਨੂੰ ਮਾਮੀ ਵੀ ਦੱਸ ਗਈ ਸਾਰੀ ਗੱਲ, ਫਿਰ ਤਾਂ ਸਾਨੂੰ ਵਿਸ਼ਵਾਸ ਆ ਗਿਆ ਕਿ ਦੇਖ ਲੈ ਮਾਮੀ ਨੇ ਕੀ ਕਰੀ ਆਪਣੇ ਨਾਲ। ਚੰਗੀ ਨਹੀਂ ਕਰੀ ਮਾਮੀ ਨੇ, ਦੇਖ ਲੈ ਕਈਆਂ ਗੱਲਾਂ ਕਰਦੀ ਫਿਰਦੀ ਹੈ। ਬਹੁਤ ਗੁੱਸਾ ਮੈਨੂੰ ਤਾਂ ਆਪ ਮਾਮੀ 'ਤੇ, ਮੈਨੂੰ ਵੀ ਬਹੁਤ ਗੁੱਸਾ ਮਾਮੀ 'ਤੇ। ਚੱਲ ਕੋਈ ਨਾ ਕੋਈ ਨਾ, ਪੰਮੀ ਨੇ ਆਪਣੇ 'ਤੇ ਦਿਮਾਗ ਨਾ ਬਾਹਰ ਕਰੇ ਨਾ, ਮੈਂ ਇਹਨੂੰ ਦੱਸੂੰਗੀ ਵੀ ਬਾਹਰ ਕਿਵੇਂ ਕਰੀਨਾ ਹੁੰਦਾ। ਮੈਚ ਤਾਂ ਇਹਨੇ ਮੇਰੇ ਨਾਲ ਪਾ ਲਿਆ, ਪਰ ਇਹਨੂੰ ਇਹ ਨਹੀਂ ਪਤਾ ਜੇ ਮੈਂ ਖੇਡਣ 'ਤੇ ਆ ਗਈ ਨਾ ਇਹਨੂੰ ਇੱਕ ਨਹੀਂ ਗਿਣ ਦੇਣਾ। ਕੋਈ ਨਾ ਹੁਣ ਮੈਂ ਇਹਦੇ ਚੌਂਕੇ ਦਾ ਜਵਾਬ ਛਿੱਕੇ ਨਾ ਦੇਊਂਗੀ। ਲਾ ਫਿਰ ਦਿਮਾਗ ਸਪਾਲ, ਹੁਣ ਮੈਂ ਵੀ ਤੇਰੇ ਨਾਲ ਹਾਂ, ਪਹਿਲਾਂ ਮੈਂ ਵੀ ਚੁੱਪਤੀ। ਕੋਈ ਗੱਲ ਨਹੀਂ ਫਿਰ ਲਾਉਣੀ ਆ। ਹਾਂ ਲੈ ਕੁੜੇ ਤਾਂ ਬਾਲੀ ਸੋਹਣਾ ਸੂਟ ਹੈ ਪੁੱਤ, ਮਹਿੰਗਾ ਆਇਆ ਹੋਣਾ ਇਹ ਤਾਂ। ਹਾਂ ਭੂਆ ਪੂਰੇ 5000 ਦਾ ਹੈ। ਲੈ ਤੂੰ ਇੰਨਾ ਮਹਿੰਗਾ ਸੂਟ ਲੈ ਕੇ ਆਈ ਆ ਮੇਰੇ ਵਾਸਤੇ, ਫਿਰ ਕੀ ਹੋ ਗਿਆ ਭੂਆ? ਤੂੰ ਮੇਰੇ ਮਾਵਾਂ ਵਰਗੀ ਹੈ, ਉਹ ਚੱਲ ਵੱਖਰੀ ਗੱਲ ਹੈ, ਤੂੰ ਮੈਨੂੰ ਧੀ ਨਹੀਂ ਸਮਝਦੀ ਪੰਮੀ ਨੂੰ ਸਮਝਦੀ ਹੈ। ਨਾ ਨਾ ਪੁੱਤ ਉਹੀ ਜੀ ਤਾਂ ਕੋਈ ਗੱਲ ਨਹੀਂ, ਮੈਨੂੰ ਤਾਂ ਤੂੰ ਵੀ ਉਹੀ ਜੀ। ਲੈ ਪੰਮੀ ਦੀ ਗੱਲ ਸੁਣ ਲੈ, ਮੈਨੂੰ ਕਹਿੰਦੀ ਮਾਮੀ ਮੈਂ ਤੇਰੇ ਕੋਲ ਆਊਂਗੀ ਤੈਨੂੰ ਸੂਟ ਦਵਾ ਕੇ ਜਾਊਂਗੀ, ਕਹਿੰਦੀ 3000 ਜਾਂ 2500 ਦਾ। ਅੱਛਾ ਫਿਰ ਆਈ ਨਹੀਂ? ਨਾ ਵੀ ਆਈ ਨਹੀਂ ਹੈਗੀ ਮੁੜ ਕੇ, ਬਸ 1000 ਰੁਪਇਆ ਕਰਤਾ ਮਾਮੀ ਨੇ ਇਹਨੂੰ ਗੂਗਲ ਪੇ, ਕਹਿੰਦੀ ਉਹ ਕਿ ਸੂਟ ਲਿਆ ਦੀ ਮਾਮੀ ਨੂੰ, ਦੇਖ ਲੈ ਆ ਕਰੀ ਮੇਰੇ ਨਾਲ ਉਹਨੇ। ਅੱਛਾ ਅੱਛਾ ਤਾਂ ਹੀ ਤੂੰ ਫਿਰ ਮਾਮੀ ਉਹਦੀਆਂ ਗੱਲਾਂ 'ਚ ਆ ਕੇ ਬੂਟੇ ਦੇ ਗਗਨ ਨੂੰ ਸਾਡੇ ਖਿਲਾਫ਼ ਭੜਕਾਇਆ ਤੀ। ਨਾ ਨਾ ਪੁੱਤ ਮੈਂ ਨਹੀਂ ਭੜਕਾਇਆ ਹੈਗਾ, ਕੌਣ ਕਹਿੰਦਾ ਤੈਨੂੰ? ਸਾਨੂੰ ਸਾਰਾ ਪਤਾ ਲੱਗ ਗਿਆ ਮਾਮੀ, ਬੂਟੇ ਤੇ ਗਗਨ ਨੇ 13 ਨੂੰ ਲਿਆ ਕਿਸੇ ਕੋਲੇ। ਦੇਖ ਮਾਮੀ ਅਸੀਂ ਤਾਂ ਸ਼ੁਰੂ ਤੋਂ ਤੇਰੀ ਇੱਜ਼ਤ ਕਰਦੇ ਆਏ ਹਾਂ, ਤੇਰੇ ਬਾਰੇ ਕਦੇ ਮਾੜਾ ਸੋਚੀ ਨਹੀਂ ਤੀ। ਬਸ ਪੁੱਤ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਗੁੰਮਰਾਹ ਕਰ ਲਿਆ ਪੰਮੀ ਨੇ। ਪਹਿਲਾਂ ਤੂੰ ਮਾਮੀ ਉਹਨਾਂ ਦੇ ਮਗਰ ਲੱਗ ਕੇ ਦੇਖ ਲੈ ਉਹਨਾਂ ਨੂੰ ਨਵਾਂ ਘਰ ਦਵਾਤਾ, ਫਿਰ ਤੂੰ ਉਹਨਾਂ ਦੇ ਮਗਰ ਲੱਗ ਕੇ ਬੂਟੇ ਤੇ ਗਗਨ ਨੂੰ ਸਾਡੇ ਖਿਲਾਫ਼ ਭੜਕਾਤਾ, ਮਰਜ਼ੀ ਹੈ ਤੇਰੀ ਮਾਮੀ। ਗਲਤੀ ਹੋ ਗਈ ਪੁੱਤ ਮੇਰੇ ਕੋਲੋਂ, ਮੁੜ ਕੇ ਨਹੀਂ ਇਹੋ ਜਿਹਾ ਕੰਮ ਕਰਦੀ ਮੈਂ। ਚੱਲ ਕੋਈ ਨਾ ਮਾਮੀ। ਹੋਰ ਤੇਜੇ ਕਿਵੇਂ, ਠੀਕ ਠਾਕ ਹੈ? ਹੋਰ ਬਾਈ ਬੂਟੇ ਕਿਵੇਂ ਆ? ਠੀਕ ਹੈ ਵਧੀਆ। ਹੋਰ ਬਾਈ ਵਧੀਆ ਵਧੀਆ, ਮੈਨੂੰ ਗਗਨ ਨੇ ਦੱਸਿਆ ਸੀ ਕਿ ਤੇਜ ਆ ਕੇ ਗਿਆ ਸੀ, ਕਹਿੰਦੀ ਐ ਕਹਿੰਦਾ ਮਿਲਣ ਨੂੰ, ਮਹਾਂ ਚਲ ਮੈਂ ਜਾ ਕੇ ਆਊਂਗਾ। ਧੰਨਵਾਦ ਬਾਈ ਤੇਰਾ, ਮੈਂ ਗਿਆ ਸੀ ਘਰੇ, ਗਗਨ ਸੀ ਭੈਣ ਕਹਿੰਦੀ ਉਹ ਮਾਨਸਾ ਗਏ ਹੋਏ ਨੇ, ਮੈਂ ਚੱਲ ਐਂ ਕਰੇ ਫਿਰ ਮੈਂ ਨੰਬਰ ਦਾ ਉਹਨਾਂ ਦੇ ਖੇਤ ਹੁੰਦਾ ਭੈਣ ਬਣ ਕੇ ਭੇਜਦੀ, ਮੈਨੂੰ ਮਿਲ ਜੇ ਜਾਂਦਾ ਜਾਂਦਾ। ਫਿਰ ਹੁਣ ਵੇਲਾ ਸੀ, ਮੈਂ ਚੱਲ ਚੱਲ ਕੇ ਆਉਂਦੇ ਆ। ਬਹੁਤ ਬਹੁਤ ਧੰਨਵਾਦ ਤੇਰਾ ਬਾਈ। ਹੋਰ ਠੀਕ ਹੈ? ਹਾਂ ਹੋਰ ਸੁਣਾ ਕੋਈ ਨਵੀਤਾ ਜੀ? ਵਧੀਆ ਬਾਈ ਵਧੀਆ, ਮੈਂ ਤਾਂ ਇਹਨਾਂ ਦੇ ਰਲ ਗਿਆ ਸੀ ਨੰਬਰ ਦਾ ਲਾਉਂਦੇ। ਚਲੋ ਵਧੀਆ ਕੀਤਾ, ਵਧੀਆ ਨੇ ਬੰਦੇ ਵੀ, ਦੀਨਾ ਨਹੀਂ ਕੋਈ ਇਹਨਾਂ ਦਾ, ਹੋਰ ਕਿੱਧਰ ਜਾ ਰਹੇ ਨੇ? ਉਹ ਗੁਰਜੀਤ ਆਇਆ ਸੀ ਬਾਈ, ਉਹ ਬਾਗਿਆ ਹੁਣੀ ਗਿਆ ਤੇਰੇ ਪਹਿਲਾਂ। ਅੱਛਾ ਬਾਗਿਆ ਉਹ? ਹਾਂ ਘਰੇ ਗਿਆ ਉਹ। ਚੱਲ ਹਾਂ ਮੈਨੂੰ ਕਹਿੰਦਾ ਚਾਹ ਜੀ ਫੜ ਲਿਓ ਤੇਰੀ ਮੈਂ। ਅੱਛਾ ਚਾਹ ਲੈਣ ਗਿਆ? ਹਾਂ ਮੈਂ ਚੱਲ ਫੜ ਲਈ, ਇੱਥੇ ਦੁੱਧ ਲਿਆਤਾ ਨਹੀਂ ਅਸੀਂ ਨਾਲ, ਚੱਲ ਬਾਲਣ ਜਾਣੀ ਹੈਗਾ ਫਿਰ ਔਖਾ ਹੋ ਜਾਂਦਾ ਬਾਈ ਫਿਰ। ਹਾਂ ਫਿਰ ਲੋਟ ਨਹੀਂ ਆਉਂਦਾ ਖੇਤ। ਹਾਂ ਹੋਰ ਬਾਈ ਫਿਰ? ਵਧੀਆ ਬਾਈ ਵਧੀਆ, ਬਹੁਤ ਯਾਦ ਕਰਦੇ ਆ ਰਿਸ਼ਤਾ ਤੈਨੂੰ। ਮੈਂ ਤਾਂ ਆਪ ਤੈਨੂੰ ਬਹੁਤ ਯਾਦ ਕਰਦਾ ਸੀ, ਮੈਂ ਬਾਈ ਨਾਲ ਇਕੱਠੇ ਰਹਿੰਦੇ ਸੀ, ਵੱਟਾਂ ਵੀ ਜਿਹਦੇ ਜਿਹਦੇ ਪਹੁੰਚਦੇ ਆਪਾਂ ਉਦੋਂ। ਹੋਰ ਇਕੱਠੇ ਰਹਿੰਦੇ ਹਨਾ ਦੇ ਲੱਗੇ ਸੋਹਣਾ ਦਿਨ ਤੀ ਯਾਰ ਹੋ ਨਾ। ਹੋਰ ਬਾਈ, ਹੋਰ ਬਾਈ ਬੂਟੇ ਜਦੋਂ ਇਹ ਅੱਡੋ ਅੱਡੀ ਹੋ ਗਏ ਫਿਰ ਮੈਨੂੰ ਇੱਧਰ ਰਲਣਾ ਪੈ ਗਿਆ।
ਹਾਂ ਫਿਰ ਹੋਣੀ ਤੇ ਅੱਡੋ ਅੱਡ ਤਾਂ ਜਦੋਂ ਇੱਕ ਬੰਦੇ ਦੀ ਨੀਤ ਮਾੜੀ ਹੋਵੇ। ਸਹੀ ਗੱਲ ਆ ਬਈ, ਆਹ ਗੱਲ ਬਹੁਤ ਵਧੀਆ ਕਹੀ ਤੈਂ। ਫਿਰ ਇਹਦਾ ਮਤਲਬ ਤੈਨੂੰ ਵੀ ਪਤਾ ਲੱਗ ਗਿਆ ਬਾਈ। ਮੈਂ ਤਾਂ ਬਹੁਤ ਸਮਝਾਉਂਦਾ ਸੀ ਬਿੰਦਰ ਨੂੰ ਵੀ ਤੇਰਾ ਛੋਟਾ ਭਾਈ ਹੈ ਬੂਟਾ, ਤੂੰ ਕਿਹੋ ਜਿਹੀਆਂ ਗੱਲਾਂ ਕਰਦਾ ਯਾਰ। ਪਤੰਦਰ ਪੀਤੀ 'ਚ ਬੋਲਣ ਨੂੰ ਨਹੀਂ ਹਟਦਾ ਸੀ। ਮੈਂ ਤੇ ਜੱਸਾ ਬਾਈ ਉਰੇ ਕੰਮ ਕਰਦੇ ਹੁੰਦੇ, ਸਾਨੂੰ ਕਹਿੰਦਾ ਆ ਚੱਲੀਏ ਓਏ ਆਪਾਂ ਕੰਮ ਕਰਕੇ ਆਉਣਾ। ਮੈਂ ਕੀ ਕੰਮ? ਬੂਟੇ ਦੀ ਜ਼ਮੀਨ ਦੱਬਣੀ ਆ, ਆਪਾਂ ਬੂਟੇ ਦੀ ਜ਼ਮੀਨ ਦੱਬਣੀ ਆ, ਲੈ ਇਹੋ ਜਿਹੀਆਂ ਗੱਲਾਂ ਕਰਦਾ ਜੀ। ਅੱਛਾ ਹਾਂ, ਉਹ ਯਾਰ ਤੂੰ ਕਹੀ ਜਿਹੀਆਂ ਗੱਲਾਂ ਕਰੀਏ ਨਾ ਤੇਜੇ ਯਾਰ, ਇਹ ਗੱਲਾਂ ਤਾਂ ਜੱਸਾ ਕਰਦਾ ਹੁੰਦਾ ਤੇ ਬਿੰਦਰ ਥੋੜੀ ਕਰਦਾ ਸੀਗਾ। ਜਾਓ ਬਾਈ, ਉਹ ਤੈਨੂੰ ਕਿਹਨੇ ਕਹਿਤਾ? ਉਹ ਤਾਂ ਦੇਵਤਾ ਬੰਦਾ, ਜੱਸਾ ਤਾਂ ਦੇਵਤਾ ਬੰਦਾ, ਉਹ ਜ਼ਮੀਨ ਦੱਬ ਨਹੀਂ ਸਕਦਾ ਕਿਸੇ ਦੀ ਦੇਵਤਾ ਕੋਲੋਂ ਸਕਦਾ। ਇਹ ਤਾਂ ਬਿੰਦਰ ਬਾਈ ਕਰਦਾ ਸੀ ਇਹੋ ਜਿਹੀਆਂ ਗੱਲਾਂ। ਜੱਸੇ ਦਾ ਰੌਲਾ ਤਾਂ ਹੀ ਤਾਂ ਪੈਂਦਾ ਸੀ ਬਿੰਦਰ ਨਾਲ, ਇਸੇ ਗੱਲੋਂ ਹੀ ਪੈਂਦਾ ਸੀ। ਜੱਸਾ ਐਂ ਕਹਿੰਦਾ ਸੀ, ਕਹਿੰਦਾ ਕਿਉਂ ਦੱਬੀ ਆਪਣਾ ਛੋਟਾ ਭਾਈ ਹੈ, ਹੈਂ ਜੇ ਬਾਹਰ ਹੈ ਫਿਰ ਐਂ ਥੋੜ੍ਹੀ ਦੱਬਣੀ ਜ਼ਮੀਨ। ਕਹਿੰਦਾ ਕਿਉਂ? ਘਰ 'ਚ ਸਾਂਝੇ 'ਚ ਪੈਸੇ ਲਾ ਕੇ ਗਿਆ, ਆਪਾਂ ਦੱਬੀਏ ਕਿਉਂ ਨਾ, ਆਪਣਾ ਹੱਕ ਬਣਦਾ। ਲੈ ਕਮਾਲ ਕਰੀਏ ਨਾ ਤੀਜੇ, ਤੂੰ ਐਂ ਕਹਿੰਦਾ ਸੀ ਬਿੰਦਰ। ਹੋਰ ਨਾਲੇ ਪੰਮੀ ਵੀ। ਅੱਛਾ ਯਾਰ, ਹੋਰ ਤਾਂ ਹੀ ਸੁਖਪਾਲ ਭਾਬੀ ਦਾ ਰੌਲਾ ਪੈਂਦਾ ਸੀ ਪੰਮੀ ਨਾਲ। ਸੁਖਪਾਲ ਸੱਚੀ ਗੱਲ ਕਹਿ ਦਿੰਦੀ ਸੀ, ਫਿਰ ਇਸੇ ਗੱਲ ਦਾ ਜੱਬ ਪਿਆ, ਇਸੇ ਗੱਲ ਹੀ ਰੌਲਾ ਪਿਆ, ਤਾਂ ਹੀ ਤਾਂ ਅੱਡੋ ਅੱਡ ਹੋਏ ਨੇ। ਯਾਰ ਤੂੰ ਕਮਾਲ ਕਰੀਏ ਨਾ ਯਾਰ ਤੇਜਿਆ, ਮੈਨੂੰ ਮਾਮੀ ਵੀ ਦੱਸਦੀ ਸੀ ਯਾਰ ਵੀ ਜੱਸਾ ਕਹਿੰਦਾ ਹੈਗਾ ਨਾ ਸੁਖਪਾਲ ਕਹਿੰਦੀ ਹੈ। ਹੈਂ, ਮਾਮੀ ਨੇ ਕਿਹਾ? ਮਾਮੀ ਨੇ ਕਿਉਂ ਕਿਹਾ ਯਾਰ? ਮਾਮੀ ਨੂੰ ਤਾਂ ਸਾਰੀ ਗੱਲ ਦਾ ਪਤਾ ਸੀ ਵੀ ਬਿੰਦਰ ਹੋਰੀ ਇਹ ਗੱਲ ਕਹਿੰਦੇ ਨੇ। ਮੇਰੇ ਸਾਹਮਣੇ ਤਾਂ ਜੱਸਾ ਫੋਨ ਕਰਦਾ ਰਿਹਾ ਮਾਮੀ ਨੂੰ ਵੀ ਬਿੰਦਰ ਹੋਰੀ ਆਹ ਗੱਲ ਕਹਿੰਦੇ ਨੇ ਭਾਈ। ਇਹੀ ਗੱਲ ਤਾਂ ਜੱਸਾ ਕਹਿੰਦਾ ਸੀ ਵੀ ਮਾਮੀ ਇਹ ਕੰਮ ਅਸੀਂ ਕਿਵੇਂ ਕਰ ਸਕਦੇ ਹਾਂ। ਯਾਰ ਮੈਂ ਤਾਂ ਤੇਜੇ ਤੇਰੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਯਾਰ, ਇਹ ਸਾਲਾ ਹੋਈ ਕੀ ਜਾਂਦਾ ਹੈ? ਮੈਂ ਲਾਵਾਂ ਬਿੰਦਰ ਨੂੰ ਫੋਨ? ਬਿੰਦਰ ਨੂੰ ਕਿਉਂ, ਮਾਮੀ ਨੂੰ ਫੋਨ ਲਾ। ਮਾਮੀ ਨੂੰ ਲਾਵਾਂ? ਹਾਂ ਮਾਮੀ ਨੂੰ ਲਾ, ਮੈਂ ਇਹਨਾਂ ਗੱਲ ਕਰਾ ਲਿਆ। ਹਾਂ ਕਰਾ ਦੇਣਾ, ਲੈ ਲੈ ਕਰਾ ਗੱਲ, ਆਪਾਂ ਕਹਿੰਦੇ ਸੱਚੇ, ਆਪਾਂ ਕਹਿੰਦੇ ਡਰਦੇ ਹਾਂ, ਲੈ ਕਰਾ ਗੱਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਮਾਮੀ। ਸਤਿ ਸ਼੍ਰੀ ਅਕਾਲ ਪੁੱਤ। ਆ ਤੇਜਾ ਬੈਠਾ ਮੇਰੇ ਕੋਲ ਆਪਣਾ ਨੌਕਰ। ਹਾਂ ਹਾਂ ਪੁੱਤ। ਮੈਂ ਕਹਿੰਦਾ ਸੀ ਮਾਮੀ, ਮੈਂ ਫੋਨ ਸਪੀਕਰ ਤੇ ਲੱਗਿਆ ਹੋਇਆ, ਮੇਰੇ ਕੋਲ ਤੇਜਾ ਬੈਠਾ ਹੈਗਾ, ਪਰ ਆਂਦੀ ਆ ਮੇਰੀ ਜ਼ਮੀਨ ਦੱਬਣ ਨੂੰ ਕੌਣ ਫਿਰਦਾ ਸੀ, ਆ ਦੱਸੀ ਮਾੜੇ ਜੇ ਨੂੰ। ਬੂਟੇ ਪੁੱਤ ਮੈਨੂੰ ਮਾਫ ਕਰ ਦੇ, ਪੰਮੀ ਤੇ ਬਿੰਦਰ ਨੇ ਨਾ ਗਮਰਾਹ ਕਰਕੇ ਮੇਰੇ ਤੋਂ ਝੂਠ ਮਰਵਾਤਾ। ਅਸਲ 'ਚ ਪੁੱਤ ਇਹੀ ਕਹਿੰਦੇ ਹੁੰਦੇ ਗੱਲਾਂ ਪੰਮੀ ਤੇ ਬਿੰਦਰ ਤੇਰੀ ਜ਼ਮੀਨ ਤੇ ਕਬਜ਼ਾ ਕਰਨ ਵਾਲੀਆਂ, ਇਹ ਜਰਦੇ ਨਹੀਂ ਤੇ ਨਾ ਵੀ ਉਹ ਤਾਂ ਦੋਏ ਜੀ ਬਾਹਰ ਗਏ ਹੋਏ ਨੇ। ਮਾੜੀ ਗੱਲ ਹੈ ਮਾਮੀ ਤੇਰੀ, ਤੂੰ ਸਾਨੂੰ ਗਮਰਾਹ ਕਰੇ ਝੂਠ ਬੋਲ ਕੇ। ਬਸ ਪੁੱਤ ਮੇਰੇ ਤੋਂ ਗਲਤੀ ਹੋ ਗਈ, ਪੰਮੀ ਤੇ ਬਿੰਦਰ ਨੇ ਨਾ ਮੈਨੂੰ ਗਮਰਾਹ ਕਰਤਾ, ਮੈਂ ਗਾਹਾਂ ਸੋਨੂੰ ਕਰ ਬੈਠੀ। ਚੱਲ ਚੰਗਾ ਤੀਜੇ, ਫੇਰ ਮਿਲਾਂਗੇ ਆਪਾਂ। ਚੰਗਾ ਠੀਕ ਹੈ ਬਾਈ, ਫੇਰ ਮੈਨੂੰ ਤੈਨੂੰ ਬੋਲਿਆ ਮੈਂ ਕਰ ਲਾ। ਗਗਨਾ ਚੱਕ ਆਪਣੇ ਬੈਗ ਬੂਕ ਜੀ, ਆਪਾਂ ਹੀ ਰਹਿਣਾ ਇਹਨਾਂ ਕੋਲੇ। ਚੱਲ ਲਿਆ ਬੈਗ ਬੂਕ, ਚੱਕ ਆਪਣੇ। ਖੜੀ ਗੱਲ ਹੋ ਗਈ ਬੁੱਟੇ, ਖੜੀ ਹੋ ਜਾ, ਮੈਂ ਬੈਗ ਚੱਕ ਲਿਆ। ਕੁਛ ਨੀ ਹੋਇਆ, ਬਸ ਤੁਸੀਂ ਦੋਨੇ ਜਣੇ ਬੋਲੋ ਨਾ, ਮੈਂ ਤੁਹਾਨੂੰ ਦੱਸਤੀ ਗੱਲ ਨੀ, ਆਪਣਾ ਪੰਗਾ ਪੈ ਜੂਗਾ। ਕੁਛ ਨੀ ਹੋਇਆ, ਜਦ ਬੈਗ ਚੱਕ ਲਿਆ, ਕੁਛ ਨੀ ਹੋਇਆ। ਬਾਈ ਭਾਬੀ ਸਾਨੂੰ ਮਾਫ ਕਰ ਦਿਓ, ਅਸੀਂ ਉਹਨਾਂ ਦੀਆਂ ਗੱਲਾਂ 'ਚ ਆ ਗਏ, ਤਾਂ ਸਾਨੂੰ ਗਲਤ ਸਮਝ ਬੈਠੇ। ਅਸਲ ਗੱਲ ਤਾਂ ਮੈਨੂੰ ਤੇਜੀ ਤੋਂ ਹੁਣ ਪਤਾ ਲੱਗਿਆ, ਹੁਣ ਗੱਲ ਦਾ ਪਤਾ ਲੱਗਿਆ ਸਾਰੀ ਦਾ। ਮਾਮੀ ਵੀ ਸਾਨੂੰ ਗਮਰਾਹ ਹੀ ਕਰ ਦਿੱਤੀ ਗੀ, ਹੁਣ ਦੱਸਿਆ ਮਾਮੀ ਨੇ ਵੀ ਸਾਰੀ ਗੱਲ ਸੱਚੀ, ਵੀ ਆਹ ਗਲਤੀ ਗੀ। ਹੋਰ ਭੈਣੇ, ਅਸੀਂ ਤਾਂ ਬਹੁਤ ਵੱਡੀ ਗਲਤੀ ਕਰ ਬੈਠੇ ਸੀ। ਗਲਤੀ ਕਿਹਾ, ਬੜਾ ਕਿਹਾ, ਲੱਖ ਲਾਣ ਤਾਂ ਮੇਰੇ ਵਰਗੇ ਬੰਦੇ 'ਤੇ ਜਿਹਨੇ ਆਪਦੇ ਰੱਬ ਵਰਗੇ ਭਾਈ ਭਰਜਾਈ ਨੂੰ ਗਲਤ ਸਮਝਿਆ। ਮੈਨੂੰ ਹੁਣ ਯਾਦ ਆਉਂਦਾ ਬਾਈ, ਜਦੋਂ ਆਪਾਂ ਨੂੰ ਛੋਟੇ ਹੁੰਦੇ ਨੂੰ ਬਾਪੂ ਸਕੂਲ ਨਹੀਂ ਭੇਜਦਾ ਹੁੰਦਾ ਸੀ 5-5 ਰੁਪਏ ਦੇ ਕੇ, ਤੂੰ ਆਪਦੇ 5 ਰੁਪਏ ਵੀ ਮੈਨੂੰ ਦੇ ਦਿੰਦਾ ਸੀ ਆ ਵੀ ਲੈ ਤੂੰ ਛੋਟਾ। ਬਿੰਦਰ ਮੈਥੋਂ ਵੀ ਖੂਨ ਤੇ ਜਾਂਦਾ ਸੀ। ਸਾਲਾ ਫਿਰ ਵੀ ਨਹੀਂ ਮੇਰੇ ਦਿਮਾਗ 'ਚ ਆਇਆ ਵੀ ਬੇਈਮਾਨ ਕੌਣ ਹੋ ਸਕਦਾ। ਮੈਨੂੰ ਮਾਫ ਕਰ ਦੇ ਬਾਈ। ਕੋਈ ਨਾ ਬੂਟੇ, ਕੋਈ ਨਾ, ਮੈਨੂੰ ਤੇਰੇ 'ਤੇ ਕੋਈ ਗੁੱਸਾ ਨਹੀਂ। ਕੋਈ ਨਹੀਂ, ਕੋਈ ਗੱਲ ਨਹੀਂ ਬੂਟੇ, ਸਾਨੂੰ ਤੁਹਾਡੇ ਨਾਲ ਕੋਈ ਗੁੱਸਾ ਨਹੀਂ ਹੈਗਾ। ਇਹ ਤਾਂ ਬਿੰਦਰ ਅਤੇ ਪੰਮੀ ਨੇ ਚਾਲ ਇਹੀ ਜਿਹੀ ਖੇਡੀ ਤੀ ਜਿਹੜਾ ਸਾਨੂੰ ਗਮਰਾਹ ਕਰ ਲਿਆ ਉਹਨਾਂ ਨੇ।
ਹੋਰ ਭੈਣੇ ਅਸੀਂ ਬਸ ਹੁਣ ਸੋਚ ਲਿਆ ਅਸੀਂ ਉਹਨਾਂ ਨਾਲ ਕਦੇ ਨਹੀਂ ਵਰਤਣਾ। ਮੈਂ ਤਾਂ ਬਸ ਐਂ ਸੋਚ ਲਿਆ ਵੀ ਮੇਰੇ ਤਾਂ ਇੱਕੋ ਹੀ ਜੇਠ ਜਠਾਣੀ ਨੇ, ਉਹ ਸਾਡੇ ਹੁਣ ਕੁਛ ਨਹੀਂ ਲੱਗਦੇ ਭੈਣੇ। ਸਹੀ ਗੱਲ ਹੈ। ਧੰਨਵਾਦ ਬਾਈ, ਤੇਜੇ ਤੇਰਾ ਬਹੁਤ ਧੰਨਵਾਦ। ਧੰਨਵਾਦ ਕਾਹਦਾ ਬਾਈ, ਮੈਂ ਤਾਂ ਇੱਥੇ ਜਾਨ ਵਾਰਦਾ ਯਾਰ ਬਾਈ, ਤੂੰ ਗੱਲਾਂ ਕਿਹੜੀਆਂ ਕਰਦਾ। ਇਹ ਤਾਂ ਮੈਨੂੰ ਸਹੀ ਸਲਾਹ ਦਿੱਤੀ ਭਾਬੀ ਨੇ ਵੀ ਸੱਚੀ ਗੱਲ ਤੂੰ ਬੂਟੇ ਨੂੰ ਤੂੰ ਦੱਸ ਵੀ ਗੱਲ ਸਾਰੀ ਕੀ ਹੈ ਵਿਚਲੀ ਗੱਲ। ਸਹੀ ਗੱਲ ਦੱਸੀ ਫਿਰ ਬੂਟੇ ਨੂੰ ਸਾਰੀ ਗੱਲ ਬਾਈ। ਨਾ ਨਾ ਨਹੀਂ, ਤੈਨੂੰ ਤਾਂ ਫਿਰ ਪਤਾ ਸੀ ਨਾ। ਪਤਾ ਤੀ, ਆਪਾਂ ਸੱਚ ਦੱਸਿਆ, ਆਪਾਂ ਯਾਰ ਗਵਾਹੀ ਤੂੰ ਸੀ ਬਈ ਗੱਲ ਗਵਾਹ, ਆਪਾਂ ਜੋ ਗੱਲ ਹੀ ਸੱਚ ਦੱਸੀ ਹੈ। ਆ ਦੇਖ ਲੈ ਤੇਰੀਆਂ ਸਾਰੀਆਂ ਸਕੀਮਾਂ ਫੇਲ ਹੋ ਗਈਆਂ, ਬੂਟੇ ਹੋਰੀ ਵਾਪਸ ਜਾਣ ਲੱਗਿਆ ਕੈਨੇਡਾ, ਹੁਣ ਸਾਰੀ ਜ਼ਮੀਨ ਤਿੰਨ ਦੇ ਤਿੰਨ ਕਿੱਲੇ ਜੱਸੇ ਦੇ ਨਾਲ ਲਵਾ ਗਏ। ਕੀ ਪਤਾ ਕੀ ਹੋ ਗਿਆ, ਮੈਂ ਤਾਂ ਆਪਦੇ ਕੋਲ ਪੂਰੀ ਕੋਸ਼ਿਸ਼ ਕਰੀ ਸੀ। ਆਹ ਕਰੀ ਸੀ ਕੋਸ਼ਿਸ਼, ਚੱਲ ਧਾਰ ਕੱਢ ਲਾ ਜਿਹੜੇ ਦੋ ਕਿੱਲੋ ਹੈ, ਤੂੰ ਦੋ ਤੋਂ ਵੀ ਜਾਵਾਂਗੇ। ਮੇਰਾ ਤਾਂ ਧਾਰ ਕੱਢਣ ਨੂੰ ਵੀ ਨਹੀਂ ਜੀ ਕਰਦਾ। ਆਹ ਕਰਦਾ ਨਹੀਂ ਜੀ ਇਹਦਾ। ਮੇਰੀ ਗੱਲ ਸੁਣ ਪੰਮੀ, ਆਪਦੇ ਚੌਕੇ 'ਤੇ ਐਡਾ ਮਾਣ ਨਹੀਂ ਕਰੀਦਾ ਹੁੰਦਾ, ਕਈ ਵਾਰੀ ਮੂਹਰੋਂ ਛਿੱਕਾ ਮਾਰਨ ਵਾਲੇ ਬੈਠਿਆ ਹੁੰਦਾ। ਹਾਂ ਹਾਂਜੀ, ਸਤਿ ਸ਼੍ਰੀ ਅਕਾਲ, ਸਲਾਮ ਆਦਾਬ, ਨਮਸਕਾਰ, ਤੁਸੀਂ ਜੁੜੇ ਹੋ ਪਿੰਡੂ ਵਿਰਸਾ ਦੇ ਨਾਲ। ਹੁਣ ਵਾਰੀ ਹੈ ਤੁਹਾਡੀ ਕਮੈਂਟ ਕਰਨ ਵਾਲਿਆਂ ਦੀ। ਲਾਲੀ ਮਨਪ੍ਰੀਤ ਕੰਡਾ ਜੁਆਇਲਰ ਪਿੰਡ ਭੀਟੀ ਵਾਲਾ, ਪ੍ਰਿੰਸ ਅਨਮੋਲ ਕੋਟਕਪੂਰਾ, ਵਿਰਾਸਤ ਬੁਟੀਕ ਕੋਟਕਪੂਰਾ, ਜੋਤੀ ਕੜਸਾਣਾ, ਰਾਜਵੀਰ ਕੰਡਾ ਮੋਗਾ, ਸ਼ਰਨਜੀਤ ਕੌਰ ਧੂਰੀ, ਪਰਮਜੀਤ ਕੌਰ ਚੱਕਰ ਲੁਧਿਆਣਾ, ਬਲਵਿੰਦਰ ਸਿੰਘ ਗਾਜੇਵਾਸ, ਬੇਅੰਤ ਕੌਰ ਮੌਜਗੜ, ਗੁਰਚਰਨ ਸਿੰਘ ਧਾਲੀਵਾਲ, ਜੀਵਨ ਸਿੰਘ ਵਾਲਾ, ਹੈਰੀ ਜਟਾਣਾ, ਹਰਦੀਪ ਸਿੰਘ ਖਿੱਲਣ, ਸੁਖਮਨਪ੍ਰੀਤ ਕੌਰ ਰੂੜਾ, ਜਸ ਢੇਪੀ, ਪਰਮਜੀਤ ਗਿੱਲ ਜਾਖਲ, ਨਵਜੋਤ ਕੌਰ ਮਲੋਹ, ਗੁਰਵੀਰ ਸਿੰਘ ਬੁੱਟਰ ਰਾਜਸਥਾਨ, ਜਗਜੀਤ ਸਿੰਘ ਗਿੱਲ ਮੌੜ ਚਰਚ ਸਿੰਘ। ਸ਼ੁਕਰੀਆ ਜੀ, ਮਿਹਰਬਾਨੀ, ਜਿਹੜਾ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ, ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਅਤੇ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ। ਪਿੰਡ ਵਿੱਚ ਸਬਸਕ੍ਰਾਈਬ ਕਰ ਦਿਓ ਅਤੇ ਨੋਟੀਫਿਕੇਸ਼ਨ ਮੈਂ ਜ਼ਰੂਰ ਔਨ ਕਰ ਦਿਓ ਤਾਂ ਕਿ ਤੁਹਾਨੂੰ ਨਵੀਂ ਉਹਦੀ ਨੋਟੀਫਿਕੇਸ਼ਨ ਮਿਲਦੀ ਰਹੇ। ਧੰਨਵਾਦ।